ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਸਵਲীন ਕੌਰ ਜਸੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਦਾ ਰਣਜੀਤ ਸਿੱਧੂ ਸ਼ੋਅ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹਾਂ ਪੰਜਾਬ ਦੇ ਪ੍ਰਸਿੱਧ ਲੇਖਕ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਜੀ ਦੇ ਨਾਲ ਤੇ ਇਸ ਵੇਲੇ ਗਿੱਲ ਸਾਹਿਬ ਲੁਧਿਆਣਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸਵਾਗਤ ਕਰਦੇ ਹਾਂ ਗਿੱਲ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜਸ ਸਵਲীন ਬੇਟੇ ਬਹੁਤ ਧੰਨਵਾਦ ਔਰ ਨਾਲ ਦੀ ਨਾਲ ਉਨਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਪੰਜਾਬੀ ਨੈਸ਼ਨਲ ਟੀਵੀ ਨਾਲ ਜੁੜੇ ਹੋਏ ਨੇ ਜੀ ਸਰ ਅੱਜ ਦੀ ਗੱਲਬਾਤ ਸ਼ੁਰੂ ਕਰਾਂਗੇ ਕਿਸਾਨੀ ਮੁੱਦੇ ਤੋਂ ਹੀ ਕਿਉਂਕਿ ਕਿਸਾਨੀ ਜਿਹੜਾ ਮੁੱਦਾ ਜਿਹੜਾ ਆ ਉਹ ਇਸ ਵੇਲੇ ਆਲਮੀ ਮੁੱਦਾ ਬਣ ਚੁੱਕਾ ਆ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਕਿਸਾਨਾਂ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਬਰੂਹਾਂ ਮਲ ਕੇ ਬੈਠੇ ਨੇ ਤੇ ਪੰਜ ਵਾਰ ਜਿਹੜੀ ਸਰਕਾਰ ਆ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਸਿਰ ਵੀ ਜੋੜ ਚੁੱਕੀ ਹੈ ਮੰਥਨ ਕਰ ਚੁੱਕੀ ਹੈ ਮੀਟਿੰਗਾਂ ਕਰ ਚੁੱਕੀ ਹੈ ਤੇ ਹੁਣ 6ਵੀਂ ਮੀਟਿੰਗ ਦਾ ਵੀ ਉਹਨਾਂ ਨੇ ਸੱਦਾ ਦਿੱਤਾ ਹੈ ਪਹਿਲਾਂ ਤਾਂ ਉਹਨਾਂ ਨੇ 29 ਦਸੰਬਰ ਦਾ ਸੱਦਾ ਦਿੱਤਾ ਸੀਗਾ ਤੇ ਹੁਣ ਅੱਜ ਸਰਕਾਰ ਨੇ ਉਹਨਾਂ ਨੂੰ ਚਿੱਠੀ ਭੇਜੀ ਆ ਕਿ 30 ਦਸੰਬਰ ਨੂੰ 2 ਵਜੇ ਵਿਗਿਆਨ ਭਵਨ ਦੇ ਵਿੱਚ ਗੱਲਬਾਤ ਹੋਵੇਗੀ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਅ ਸਭ ਤੋਂ ਪਹਿਲਾਂ ਤਾਂ ਸਵਲਿਨ ਇਹ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਇਹ ਸੱਤਵਾਂ ਸੱਦਾ ਹੈ ਇਹ 6ਵਾਂ ਨਹੀਂ ਕਿਉਂਕਿ ਇੱਕ ਦੇ ਵਿੱਚ ਬਿਲਕੁਲ ਗੱਲਬਾਤ ਤੋਂ ਬਿਨਾਂ ਹੀ ਉੱਠ ਕੇ ਸਾਡੇ ਇੱਕ ਕਿਸਾਨ ਵੀਰ ਆਗੇ ਸਨ ਕਿਉਂਕਿ ਉਹਦੇ ਵਿੱਚ ਕੋਈ ਵੀ ਮੰਤਰੀ ਸ਼ਾਮਲ ਨਹੀਂ ਸੀ ਜੀ ਤੇ ਮੰਤਰੀ ਪੱਧਰ ਦੀ ਇਹ 6ਵੀਂ ਮੀਟਿੰਗ ਹੈ ਜਿਸ ਤੋਂ ਪੰਜ ਪਹਿਲਾਂ ਹੋ ਚੁੱਕੀਆਂ ਨੇ ਔਰ ਜਿਹੜੀ 29 ਤਰੀਕ ਦੀ ਤੁਸੀਂ ਗੱਲ ਕੀਤੀ ਹੈ 29 ਤਰੀਕ ਦੀ ਆਫਰ ਜਿਹੜੀ ਸੀਗੀ ਉਹ ਕਿਸਾਨ ਜਥੇਬੰਦੀਆਂ ਵੱਲੋਂ ਸੀ ਕਿ ਅਸੀਂ 29 ਆ ਸਕਦੇ ਹਾਂ ਜੇ ਤੁਸੀਂ ਭਾਈ ਤਰੀਕ ਦਿੰਦੇ ਹੋ ਠੀਕ ਹੈ ਅਸੀਂ 29 ਨੂੰ 11 ਵਜੇ ਆ ਸਕਦੇ ਹਾਂ ਜੀ ਔਰ ਗਵਰਨਮੈਂਟ ਆਫ ਇੰਡੀਆ ਨੇ ਅੱਜ ਜਿਹੜੀ ਚਿੱਠੀ ਘੱਲੀ ਉਹਦੇ 'ਚ ਉਹਨਾਂ ਨੇ ਕਿਹਾ ਕਿ 29 ਨਹੀਂ 30 ਤਰੀਕ ਨੂੰ ਅਸੀਂ ਤੁਹਾਨੂੰ 2 ਵਜੇ ਉਡੀਕਾਂਗੇ ਵਿਗਿਆਨ ਪਵਨ ਦੇ ਵਿੱਚ ਸੋ ਉਹਦੇ ਵਿੱਚ ਇਹ ਜਾਣਗੇ 40 ਜਥੇਬੰਦੀਆਂ ਨੂੰ ਸੱਦਾ ਪੱਤਰ ਦਿੱਤਾ ਉਹਨਾਂ ਕੰਫਰਮ ਕਰ ਦਿੱਤਾ ਜਗਮਉਂਦ ਸਿੰਘ ਜਿਹੜੇ ਆ ਭਾਰਤੀ ਕਿਸਾਨ ਯੂਨੀਅਨ ਡਕੌਂਧਾ ਦੇ ਜਲ ਸ਼ਕਤੀ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਹਰ ਸੂਰਤ ਜਾਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਾਉਣਾ ਚਾਹੁੰਦੇ ਕਿ ਕਿਸਾਨ ਆਨਕਾਨੀ ਕਰਦੇ ਨੇ ਗੱਲਬਾਤ ਕਰਨ ਤੋਂ ਅਸੀਂ ਹਰ ਤਰ੍ਹਾਂ ਨਾਲ ਡਾਇਲੌਗ ਦੇ ਵਿੱਚ ਨਿਪੋਨਾਂ ਦੇ ਡਾਇਲੌਗ ਹੀ ਕਰਕੇ ਜਾਵਾਂਗੇ ਜਿਹੜਾ ਏਜੰਡਾ ਭੇਜਿਆ ਸੀ ਉਸ ਏਜੰਡੇ ਬਾਰੇ ਜਿਹੜੀ ਉਹਨਾਂ ਨੇ ਗੱਲ ਆਖੀ ਚਾਰ ਸੂਤਰੀ ਏਜੰਡਾ ਜਿਹੜਾ ਘੱਲਿਆ ਸੀ ਇਹਨਾਂ ਨੇ ਉਹ ਬੜਾ ਕਲੀਅਰ ਦੱਸਿਆ ਸੀ ਕਿ ਤੁਸੀਂ ਦੱਸੋ ਵੀ ਸਾਨੂੰ ਇਹ ਜਿਹੜੇ ਚਾਰ ਏਜੰਡੇ ਦੇ ਤੱਤ ਨੇ ਉਹਦੇ ਬਾਰੇ ਤੁਸੀਂ ਗੱਲ ਕਿੱਥੋਂ ਸ਼ੁਰੂ ਕਰੋਗੇ ਕੀ ਮੁਕਾਓਗੇ ਗੱਲ ਤੇ ਉਹ ਗੋਲ ਮੋਲ ਗੱਲ ਫਿਰ ਸਰਕਾਰ ਨੇ ਲਿਖ ਕੇ ਕਲ ਦੱਤੀ ਹੈ ਕਿ ਸਰਕਾਰ ਖੁੱਲੇ ਮਨ ਨਾਲ ਗੱਲ ਕਰੇਗੀ ਉਹ ਮਨ ਖੁੱਲਦਾ ਕਿਵੇਂ ਆ ਅਜੇ ਤੱਕ ਤਾਂ ਪਤਾ ਨਹੀਂ ਲੱਗਿਆ ਕਿ ਮਨ ਕਿਵੇਂ ਖੁੱਲਦਾ ਪਰ ਜੇ ਉਹਨਾਂ ਨੇ ਕਿਹਾ ਖੁੱਲੇ ਮਨ ਨਾਲ ਗੱਲ ਕਰਾਂਗੇ ਇਹਦਾ ਮਤਲਬ ਇਜ਼ ਓਪਨ ਮਾਈਂਡ ਤੇ ਓਪਨ ਮਾਈਂਡ ਜਿਹੜਾ ਹੈਗਾ ਕਿੰਨਾ ਕੁ ਓਪਨ ਹੁੰਦਾ ਕਈ ਬੰਦੇ ਹੱਸਦੇ ਵੀ ਮੂੰਹ ਘੁੱਟ ਕੇ ਨੇ ਤੇ ਮਨ ਤਾਂ ਕੀ ਖੋਲਣਾ ਸੋ ਮੰਨ ਦੀ ਬਾਤ ਵਿੱਚ ਅਜੇ ਤੱਕ ਤਾਂ ਜਾਣ ਦੀ ਬਾਤ ਨਹੀਂ ਹੋਈ ਇਸ ਕਰਕੇ ਲੋਕਾਂ ਨੂੰ ਇਹ ਸ਼ੰਕਾ ਹੈ ਕਿ ਸ਼ਾਇਦ 30 ਤਰੀਕ ਦੀ ਮੀਟਿੰਗ ਵੀ ਕਿਤੇ ਉਸੇ ਰਾਹ ਨਾ ਪੈ ਤੋ ਹੋ ਤਰੇ ਜਿਹੜੇ ਰਾ ਪਹਿਲਾਂ ਕਿ ਜਿਵੇਂ ਸਨੇਕ ਐਂਡ ਲੈਦਰ ਹੁੰਦਾ ਕਿ ਤੁਸੀਂ ਸਾਰੀ ਲੂਡੋ ਖੇਡਦੇ ਖੇਡਦੇ ਸਿਖਰ ਤੇ ਪਹੁੰਚ ਜਾਂਦੇ ਹੋ ਪੌੜੀ ਦੇ ਆਖਰੀ ਡੰਡੇ ਦੇ ਅਖੀਰ ਤੇ ਇੱਕ ਸਟੈਪ ਵਾਹ ਜਾ ਆ ਜਾਂਦਾ ਜਿਹਦੇ ਵਿੱਚ ਫਿਰ ਮੁੜ ਕੇ ਫਿਰ ਤੁਹਾਨੂੰ ਆ ਜਾਂਦਾ ਪਿੱਛੇ ਥੱਲੇ ਆ ਜਾਂਦਾ ਬੰਦਾ ਫਿਰ ਇਸ ਕਰਕੇ ਉਹੋ ਜੀ ਗੱਲ ਨਾ ਹੋਵੇ ਬਾਕੀ ਚੰਗੀ ਆਸ ਤੇ ਉਮੀਦ ਨਾਲ ਅਸੀਂ ਇਸ ਗੱਲ ਨੂੰ ਉਡੀਕਾਂਗੇ ਕਿ 30 ਤਰੀਕ ਨੂੰ ਕੋਈ ਨਾ ਕੋਈ ਐਸਾ ਰਿਜ਼ਲਟ ਆਵੇ ਜਿਸ ਨਾਲ ਜਿਹੜਾ ਤਣਾਅ ਬਣਿਆ ਹੋਇਆ ਮੱਥਿਆਂ ਦੇ ਵਿੱਚ ਉਹ ਕੁਝ ਨਰਮ ਪਵੇ ਕਿਉਂਕਿ ਜਿਹੜਾ ਠੰਡ ਦਾ ਪ੍ਰਕੋਪ ਵਧਿਆ ਹੋਇਆ ਕਰਕੇ ਹਰ ਘਰ ਦੇ ਵਿੱਚ ਚਰਚਾ ਹੈ ਕਿ ਰੱਬ ਖੈਰ ਕਰੇ ਰੱਬ ਖੈਰ ਕਰੇ ਇਹ ਉਹਨਾਂ ਬਜ਼ੁਰਗਾਂ ਵਾਸਤੇ ਮਾਵਾਂ ਵਾਸਤੇ ਬਾਪੂਆਂ ਵਾਸਤੇ ਬੱਚਿਆਂ ਵਾਸਤੇ ਠੰਡ ਬੜੀ ਘਾਤਕ ਹੁੰਦੀ ਹੈ ਤਾਂ ਸਮਝ ਲਓ ਕਿ ਦੰਦੜਿੱਕੇ ਵਜੇ ਜਾਂਦੇ ਨੇ ਸਾਡੇ ਜੁਲਿਆਂ 'ਚ ਪਿਆਹ ਦਾ ਘਰੋ ਘਰੀ ਵੀ ਤੇ ਜਿਹੜੇ ਉੱਥੇ ਬੈਠੇ ਨੇ ਠੰਡ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਏਗਾ ਇਹਦੇ ਬਾਰੇ 'ਚ ਬੜਾ ਲੋਕਾਂ ਦੇ ਮਨਚਿੱਤ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਖੌਫ ਜਿਹਾ ਦਾ ਮਾਹੌਲ ਹੈ ਪਤਾ ਨਹੀਂ ਕਿਉਂ ਦਿੱਲੀ ਨੂੰ ਉਹ ਗੱਲ ਨਹੀਂ ਦਿਖ ਰਹੀ ਉਹ ਅਜੇ ਵੀ ਇਸ ਗੱਲ ਬਾਰੇ ਵਜ਼ਿੱਦ ਨੇ ਸ਼ਾਇਦ ਮਨ ਮੇਰ ਪਵੇ ਤੇ ਉਹ ਡਾਇਲੌਗ ਨੂੰ ਉਸ ਦੀ ਸ਼ੈਤ ਤੋਰਨ ਜਿਹੜੀ ਦਿਸ਼ਾ ਦੇ ਵਿੱਚ ਤੁਰਨ ਨਾਲ ਇਹ ਸੰਤਾਪ ਘਟ ਸਕਦਾ ਹੈ ਜੀ ਗਿਰਸਪ ਕੈਬਨਿਟ ਮੰਤਰੀ ਕਹਿ ਰਹੇ ਨੇ ਕਿ ਬੀਜੇਪੀ ਦੇ ਪ੍ਰਧਾਨ ਤੇ ਜਿਹੜੇ ਆਗੂ ਨੇ ਉਹ ਆਪਣੀ ਸੀਮਾ ਚ ਰਹਿਣ ਉਹ ਅਜਿਹਾ ਕਿਉਂ ਕਹਿ ਰਹੇ ਨੇ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਸੁਵਲਿੰਨ ਕੱਲ ਕੱਲ ਹਾਂ ਕੱਲ ਜਿਹੜੀ ਘਟਨਾ ਵਾਪਰੀ ਨਾ ਪਰਸੋਂ ਵਾਪਰੀ ਅਟਲ ਵਿਹਾਰੀ ਬਾਜਪਾਈ ਦੇ ਭਾਸ਼ਣ ਤੇ ਤੇ ਕੱਲ ਵੀ ਬੜਾ ਟੈਨਸ਼ਨ ਤਲਾਉ ਰਿਹਾ ਤੇ ਬੀਜੇਪੀ ਨੇ ਜਿਹੜੀ ਇੱਕ ਬੜੀ ਧਮਕੀ ਭਰਪੂਰ ਗੱਲ ਕੀਤੀ ਹੈ ਕਿ ਪਿਛਲੇ 3 ਮਹੀਨਿਆਂ ਤੋਂ ਅਸੀਂ ਬੜਾ ਵੇਖਿਆ ਲੋਕਾਂ ਦੇ ਮੂੰਹ ਵੱਲ ਬੜੀ ਲੋਕਾਂ ਨੇ ਆ ਗਲਤ ਭਾਸ਼ਾ ਵਰਤੀ ਹੈ ਸਾਡੇ ਪ੍ਰਧਾਨ ਮੰਤਰੀ ਨੇ ਵਰਤੀ ਹੈ ਸਾਡੇ ਵਾਸਤੇ ਵਰਤੀ ਹੈ ਸਾਡੇ ਕਰਾਉ ਕੀਤੇ ਨੇ ਸਾਡਾ ਆ ਕੀਤਾ ਉਹ ਕੀਤਾ ਅਸੀਂ ਡੀਜੀਪੀ ਨੂੰ ਮਿਲਾਂਗੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਨ ਮਿਲਾਂਗੇ ਤੇ ਜੇ ਸਾਨੂੰ ਨਾ ਇਨਸਾਫ ਮਿਲਿਆ ਤੇ ਅਸੀਂ ਗਵਰਨਰ ਨੂੰ ਵੀ ਮਿਲਾਂਗੇ ਜੀ ਉਹਦੇ ਵਿੱਚ ਹੋਰ ਵੀ ਕੁਝ ਇਹੋ ਜਿਹੀਆਂ ਐਕਸਪ੍ਰੈਸ਼ਨ ਛੱਡੀਆਂ ਨੇ ਜਿਹੜੀਆਂ ਮਤਲਬ ਬਹੁਤੀਆਂ ਪੋਜ਼ਿਟਿਵ ਨਹੀਂ ਹੈਗੀਆਂ ਸੋ ਉਹਦੇ ਬਾਰੇ ਅੱਜ ਪੰਜਾਬ ਦੇ ਜਿੰਨੇ ਵੀ ਕੈਬਨਿਟ ਵਜ਼ੀਰ ਖਾਸ ਕਰਕੇ ਇੱਕੋ ਪਾਈਚਾਰੇ ਦੇ ਮੈਂ ਤਾਂ ਕਵਾਂਗਾ ਕਿਉਂਕਿ ਬ੍ਰਹਮੇਂਦਰਾ ਭਾਰਤਪੁਖਸ਼ਨਾਸ਼ੂ ਸ਼ਾਮਸੁੰਦਰ ਅਰੋੜਾ ਵਿਜੇਂਦਰ ਸਿੰਘਲਾ ਤੇ ਓਮਪrakash ਸੋਨੀ ਉਹਨਾਂ ਸਾਰਿਆਂ ਨੇ ਸਾਂਝੇ ਬਿਆਨ ਚ ਗੱਲ ਆਖੀ ਹੈ ਕਿ ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਲਿਮਿਟੇਸ਼ਨਸ ਨੇ ਸੀਮਾਵਾਂ ਨੇ ਭੁੱਲਣੀਆਂ ਨਹੀਂ ਚਾਹੀਦੀਆਂ ਔਰ ਸੀਮਾਵਾਂ ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਇਸ ਕਿਸਮ ਦੇ ਜਿਹੜੇ ਇਲਜ਼ਾਮ ਤਰਾਸ਼ੀਏ ਕਿ ਉਹਨਾਂ ਨੂੰ ਇਨਸਾਫ ਦੇ ਨਾਮ ਮਿਲਿਆ ਜੇ ਨਾ ਮਿਲਿਆ ਤਾਂ ਕੀ ਮਤਲਬ ਹੈ ਤੁਸੀਂ ਆਪਣੀ ਕੰਪਲੇਂਟ ਦਿਓ ਜੋ ਵਾਜਿਬ ਹੋਏਗਾ ਉਹ ਕਾਰਵਾਈ ਹੋ ਕਰਨਗੇ ਬਾਕੀ ਤੁਸੀਂ ਗਵਰਨਰ ਕੋਲ ਜਾਣ ਲਈ ਆਜ਼ਾਦ ਹੋ ਤੁਸੀਂ ਇਹੋ ਜਿਹੀ ਗੱਲ ਕਰਕੇ ਸਗੋਂ ਹੋਰ ਵੀ ਜਿਹੜਾ ਤਣਾਅ ਨਾ ਵਧਾਓ ਬਾਕੀ ਤਿੰਨਾਂ ਮਹੀਨਿਆਂ ਚ ਲੋਕਾਂ ਨੇ ਤੁਹਾਡੇ ਨਾਲ ਕੀ ਕੀਤਾ ਤੇ ਤੁਸੀਂ ਲੋਕਾਂ ਨਾਲ ਕੀ ਕੀਤਾ ਇਹ ਐਨ ਕੰਨ ਤੇ ਲਿਖਿਆ ਹੋਇਆ ਸੱਚ ਹੈ ਤੇ ਤੁਸੀਂ ਜਦੋਂ ਉਹਨਾਂ ਨੂੰ ਕਦੇ ਖਾਲਸਤਾਨੀ ਕਦੇ ਸ਼ਹਿਰੀ ਨਕਸਲੀਏ ਕਦੇ ਖੱਬੇ ਪੱਖੀ ਕਹਿ ਕੇ ਠੱਪੇ ਲਾਉਂਦੇ ਹੋ ਉਦੋਂ ਵੀ ਸੋਚਣਾ ਚਾਹੀਦਾ ਨਾ ਤੁਹਾਨੂੰ ਕਿ ਅਸੀਂ ਕਿੰਨਾ ਕੋੜ ਕੋਸਾ ਝੂਠ ਜਿਹੜਾ ਲੋਨ ਗੁੰਨੀ ਤੁਰੇ ਜਾਂਦੇ ਆ ਤੇ ਅਸੀਂ ਇਹਨਾਂ ਦੇ ਇਸ ਕਿਸਮ ਦੇ ਜਿਹੜੇ ਠੱਪੇ ਲਾਵਾਂਗੇ ਤੇ ਕੁਦਰਤੀ ਗੱਲ ਹੈ ਉਹਦੇ ਬਦਲੇ ਦੇ ਵਿੱਚ ਉਹ ਵੀ ਤੁਹਾਨੂੰ ਵਾਲੋ-ਵਾਨੀ ਪਾਉਣਗੇ ਸੋ ਜਿਹੜੀ ਇਹ ਗੱਲ ਹੈ ਇਹ ਘਟੀਆ ਚਾਲਾਂ ਤੇ ਜਿਹੜੀਆਂ ਹਰਕਤਾਂ ਨੇ ਬੁਧੀਆਂ ਚੰਗੀਆਂ ਨਹੀਂ ਹੈਗੀਆਂ ਇਸ ਕਰਕੇ ਉਹਨਾਂ ਨੂੰ ਆਪਣੀ ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ ਬਖਲਾੜ ਚ ਆ ਕੇ ਕੋਜੀਆਂ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ ਜਿਹੜੀਆਂ ਧਮਕੀ ਭਰਪੂਰ ਹੋਣ ਬਾਕੀ ਭਾਰਤੀ ਜਨਤਾ ਪਾਰਟੀ ਨੂੰ ਨੇ ਅਪੀਲ ਕੀਤੀ ਹੈ ਕਿ ਤੁਸੀਂ ਕੌਮੀ ਪੱਧਰ ਤੇ ਉਹ ਤੇ ਕਿਸਾਨਾਂ ਦੀ ਜਨ ਦਬਦਲ ਫੈਲਾਓ ਲਗਭਗ 3 ਮਹੀਨੇ ਦੇ ਉੱਤੇ ਸਮਾਂ ਹੋ ਗਿਆ ਪਹਿਲਾਂ ਉਹ ਪੰਜਾਬ 'ਚ ਤੇ ਹੁਣ ਕੌਮੀ ਪੱਧਰ ਦੇ ਉੱਤੇ ਜਦੋਂ ਉਹਨਾਂ ਨੇ ਲਗਭਗ 32-33 ਦਿਨ ਹੋ ਗਏ ਉਹਨਾਂ ਨੂੰ ਉੱਥੇ ਦਿੱਲੀ ਦੇ ਗੂਹੇ ਤੇ ਬੈਠਿਆ ਨੂੰ ਤੇ ਤੁਸੀਂ ਉਹਨਾਂ ਦੀ ਗੱਲ ਸੁਣਦੇ ਤੱਕ ਨਹੀਂ ਜੇ ਸੁਣਦੇ ਹੋ ਤਾਂ ਮਤਲਬ ਜਿੱਥੋਂ ਗੱਲ ਖਤਮ ਮੁਕਾ ਕੇ ਉੱਠਦੇ ਨੇ ਉਥੋਂ ਫਿਰ ਸ਼ੁਰੂ ਰੜਾ ਸ਼ੁਰੂ ਕਰ ਲੈਂਦੇ ਹੋ ਇਹ ਧਮਕੀਆਂ ਦਾ ਜਿਹੜਾ ਕਲਚਰ ਹੈ ਇਹ ਬਹੁਤਾ ਠੀਕ ਨਹੀਂ ਹੈਗਾ ਉਹਨਾਂ ਦੇ ਨਾਲ ਡਾਇਲੌਗ ਤੋਂ ਬਿਨਾ ਮਸਲੇ ਹੱਲ ਨਹੀਂ ਹੋਣੇ ਤੇ ਡਾਇਲੌਗ ਕਰਨ ਤੋਂ ਤੁਸੀਂ بار بار ਗੁਰੇਜ਼ ਕਰਦੇ ਹੋ ਜਾਂ ਲੋਕਾਂ ਨੂੰ ਗੁੰਮਰਾ ਕਰਨ ਵਾਸਤੇ ਕਹਿੰਦੇ ਆ ਇਸ ਟਾਈਮ ਬੁਲਾਉਣੇ ਆ ਜੀ ਆਉਂਦੇ ਨਹੀਂ ਅਸੀਂ ਤਾਂ ਬੁਲਾਉਣੇ ਜੀ ਆਉਂਦੇ ਨਹੀਂ ਕਦੇ ਕਹਿ ਦਿੰਦੇ ਹੋ ਕਿ ਅਸੀਂ ਤਾਂ ਜਿਹੜੀਆਂ ਉਹਨਾਂ ਨੇ ਸੌਦਾ ਕਹੀਆਂ ਸੀ ਪ੍ਰਮਾਨ ਕਰ ਲਈਆਂ ਉਹਨਾਂ ਸੌਦਾਂ ਦੇ ਪਹਿਲਾਂ ਲੋਕਾਂ ਨੇ ਮੰਗੀਆਂ ਕਦੇ ਨਹੀਂ ਉਹ ਤਾਂ ਪਹਿਲੇ ਦਿਨੋਂ ਕਹਿੰਦੇ ਨੇ ਤਿੰਨੇ ਬਿਲ ਰਿਜੈਕਟ ਕਰੋ ਚੌਥਾ ਬਿਜਨੀਸ ਸੌਦਾ ਬਿਲ ਰਿਜੈਕਟ ਕਰੋ ਜਿਹੜਾ ਤੁਸੀਂ ਆਰਡਰ ਕੀਤਾ ਵਾਪਸ ਲਵੋ ਪਰਾਲੀ ਫੂਕਣ ਵਾਲਾ ਤੁਸੀਂ ਮਤਲਬ ਕਿਉਂ ਐਵੇਂ ਉਹ ਗੱਲਾਂ ਕਰਦੇ ਹੋ ਜਿਹੜੀਆਂ ਉਹਨਾਂ ਮੰਗੀਆਂ ਹੀ ਨਹੀਂ ਜਿਹੜਾ ਉਹਨਾਂ ਤੁਹਾਨੂੰ ਪਹਿਲੇ ਦਿਨ ਦਿੱਤਾ ਮੰਗ ਪੱਤਰ ਉਹਦੇ ਵਿੱਚ ਕਲੀਅਰ ਕਟ ਲਿਖਿਆ ਹੋਇਆ ਕਿ ਤਿੰਨੇ ਬਿਲ ਰੱਦ ਕੀਤੇ ਜਾਣ ਸਮ ਇਦੋਂ ਵੱਧ ਨੰਗਾ ਚਿੱਟਾ ਰੂਪ ਕੀ ਹੋ ਸਕਦਾ ਕਿਸੇ ਗੱਲ ਤੱਕ ਜੇ ਲਿਖਤੀ ਰੂਪ ਚ ਦਿੱਤਾ ਹੋਇਆ ਕਿ ਤੁਹਾਡੇ ਇਹ ਜਿਹੜੇ ਨੇ ਇਹ ਸਟੇਟ ਲਿਸਟ ਦੇ ਅੰਦਰ ਦਖਲਅੰਦਾਜ਼ੀ ਇਹ ਤੁਹਾਡਾ ਅਧਿਕਾਰ ਹੀ ਨਹੀਂ ਹੈਗਾ ਉਹ ਗੱਲ ਕਰਨ ਦਾ ਸੋ ਇਹ ਵੀ ਗੱਲ ਸਪਸ਼ਟ ਹੈ ਕਿ ਤੁਸੀਂ ਸਿਲੈਕਟ ਕਮੇਟੀ ਕੋਲੇ ਬਿੱਲ ਭੇਜਿਆ ਹੀ ਨਹੀਂ ਹੋਇਆ ਫਿਰ ਤੁਸੀਂ ਪਾਰਲੀਮੈਂਟ ਦੇ ਵਿੱਚ ਜਿਹੜਾ ਲੋਕ ਸਭਾ ਸਦਨ ਉਹਦੇ ਚ ਵੀ ਪਾਸ ਕਰ ਲਿਆ ਉਦੋਂ ਬਾਅਦ ਰਾਜ ਸਭਾ ਦੇ ਵਿੱਚ ਜਦੋਂ VOTING ਮੰਗੀ ਉਹਨਾਂ ਦੀ VOTING ਕਰਵਾਈ ਕੋਈ ਨਹੀਂ ਜਦਕੇ ਵਿਧਾਨ ਹੈ ਉਥੋਂ ਦਾ ਕਿ ਇੱਕ ਵੀ ਬੰਦਾ ਜੇ ਆਖੇ ਮੈਂਬਰ ਪਾਰਲੀਮੈਂਟ ਆਖੇ ਕਿ ਇਹ ਦੀ VOTING ਹੋਣੀ ਚਾਹੀਦੀ ਹੈ ਤਾਂ ਜਿਹੜੇ ਉਹਦੇ ਚੇਅਰਮੈਨ ਸਾਹਿਬ ਨੇ ਉਹ ਨਾ ਹੀ ਨਹੀਂ ਕਰ ਸਕਦੇ ਪਰ ਉਥੇ ਸਾਰਾ ਕੁਝ ਹੀ ਜ਼ੁਬਾਨੀ ਜਮਾ ਖਰਚ ਕਰਕੇ ਵਫਾਸ ਹੋ ਗਿਆ ਹੋ ਗਿਆ ਹੋ ਗਿਆ ਤੇ ਚੱਲ ਮੇਰੇ ਭਾਈ ਤੁਸੀਂ ਉਹਨੂੰ ਲਾਗੂ ਕਰਨ ਵਾਲੇ ਰਾਹ ਤੁਰ ਪਏ ਉਦੋਂ ਪਹਿਲਾਂ ਤੁਸੀਂ ਕੋਵਿਡ ਦਾ ਬਹਾਨਾ ਪਾ ਕੇ ਤੇ ਲੋਕਾਂ ਨੂੰ ਇਹ ਅਧਿਕਾਰ ਨਹੀਂ ਸੀ ਦਿੰਦੇ ਕਿ ਇਕੱਠੇ ਹੋ ਜੋ ਰਾਵਲੀ ਦੇ ਗਰਾਊਂਡ ਤੇ ਅਧਿਕਾਰੀ ਹੋਗੇ ਤੁਸੀਂ ਉਦੋਂ ਬਾਅਦ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਉੱਥੇ ਬਰਾੜੀ ਚਲੇ ਜਾਓ ਬਰਾੜੀ ਉਹ ਨਹੀਂ ਗਏ ਉਹਦਾ ਕਾਰਨ ਕੀ ਸੀ ਕਿ ਬਹੁਤੇ ਲੋਕ ਪੰਜਾਬ ਤੋਂ ਜਿਹੜੇ ਗਏ ਹੋਏ ਨੇ ਉਹਨਾਂ ਵਿੱਚੋਂ ਲਗਭਗ ਅੱਧ ਪਚਤ ਤੋਂ ਵੀ ਜ਼ਿਆਦਾ ਲੋਕ ਜਿਹੜੇ ਨੇ ਉਹ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਉਹ ਨਿਰੰਕਾਰੀ ਗਰਾਉਂਡ ਜਾਣ ਨੂੰ ਤਿਆਰ ਵੈਸੇ ਹੀ ਨਹੀਂ ਕਿਉਂਕਿ ਸਮਾਜਿਕ ਬਾਈਕਾਟ ਨਿਰੰਕਾਰੀਆਂ ਦਾ ਚੱਲਦਾ ਸਿੱਖ ਕੌਮ ਦਾ ਅਕਾਲ ਤਖਤ ਦੇ ਹੁਕਮ ਨਾਮੇ ਮੁਤਾਬਕ ਇਹ ਸਾਰੀਆਂ ਚਾਲਾਂ ਕੁਚਾਲਾਂ ਜਿਹੜੀਆਂ ਹੈਗੀਆਂ ਨੇ ਅਲਟੀਮੇਟਲੀ ਸਾਰੀਆਂ ਲੋਕਾਂ ਨੂੰ ਸਮਝ ਪੈਂਦੀਆਂ ਨੇ ਕੋਈ ਮੂੰਹ ਬੋਲੇ ਯਾਰਾਂ ਬੋਲੇ ਇਹ ਗੱਲਾਂ ਚੰਗੀਆਂ ਨਹੀਂ ਹੈ ਬਾਕੀ ਜਿਹੜੀ ਗੱਲ ਹੋਰ ਇਹਦੇ ਵਿੱਚ ਉਹਨਾਂ ਨੇ ਆਖੀ ਏ ਖਾਸ ਕਰਕੇ ਇਹਨਾਂ ਵਜ਼ੀਰ ਸਾਹਿਬਾਨ ਨੇ ਕਿ ਬੇਲੋੜੀਆਂ ਗੱਲਾਂ ਨਾ ਕੀਤੀਆਂ ਜਾਂਦਾਂ ਚੰਗਾ ਇਸ ਕਰਕੇ ਲੋਕਾਂ ਦਾ ਮਜ਼ਾਕ ਨਾ ਬਣੋ ਤੇ ਨਾ ਤੁਸੀਂ ਸਿਸਟਮ ਨੂੰ ਬਣਾਓ ਜੀ ਸਰਕਾਰਪੋਰੇਟ ਦੀ ਜੋਟੀਦਾਰ ਸਰਕਾਰ ਨੇ ਜਿਹੜੇ ਤਿੰਨ ਵਿਵਾਦਿਤ ਖੇਤੀ ਬਿੱਲ ਬਣਾਏ ਨੇ ਉਹਦੇ ਨਾਲ ਜ਼ਮੀਨਾਂ ਵਾਲੇ ਤਾਂ ਗੁੱਸੇ 'ਚ ਹੈ ਹੀ ਨੇ ਜ਼ਮੀਰਾਂ ਵਾਲੇ ਵੀ ਗੁੱਸੇ 'ਚ ਨੇ ਉਧਰ ਹਰਜੀਤ ਗਰੇਵਾਲ ਦੇ ਪਿੰਡ ਚ ਉਹਨਾਂ ਲੋਕਾਂ ਨੇ ਉਹਨਾਂ ਦਾ ਬਾਈਕਾਟ ਕਰਤਾ ਆ ਸਾਹਨੇਵਾਲ ਦੇ ਵਿੱਚ ਤਰਮਿੰਦਰ ਅਤੇ ਸਨੀ ਦਿਓਲ ਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਆ ਬੇਟੇ ਪਹਿਲੀ ਗੱਲ ਤੇ ਆ ਕਿ ਜ਼ਮੀਰ ਤੇ ਜ਼ਮੀਨ ਦੀ ਆਪਸ ਦੇ ਵਿੱਚ ਬੜੀ ਪੱਕੀ ਕਿਰਕੜੀ ਹੈ ਤੇ ਦੂਸਰੀ ਗੱਲ ਹੈ ਵੀ ਇਹ ਜਿਹੜੀ ਸਰਕਾਰ ਆ ਇਹ 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 ਕਾਰਪੋਰੇਟ ਘਰਾਣਿਆਂ ਦੀ ਜੋਟੀਦਾਰ ਨਹੀਂ ਹੈ ਜੋਟੀਦਾਰ ਦੇ ਵਿੱਚ ਬੇਟੇ ਜੋਟਾ ਉੱਥੇ ਬਣਦਾ ਜਿੱਥੇ ਤੁਹਾਡੀ ਆਪਸੀ ਕੰਪੈਟੀਬਿਲਿਟੀ ਹੁੰਦੀ ਹੈ ਇੱਕੋ ਜਿਹੇ ਹੁੰਦੇ ਹੋ ਤੁਸੀਂ ਇਹ ਝੋਟੀਦਾਰ ਨਹੀਂ ਹੈਗੇ ਇਹ ਇੱਕ ਦੂਸਰੇ ਦੇ ਦਬੇਲ ਨੇ ਇੱਕ ਦੂਸਰੇ ਦਬਾਅ ਥੱਲੇ ਨੇ ਔਰ ਦਬਾਅ ਵੀ ਪੈਸੇ ਵਾਲੇ ਥੈਲੀਸ਼ਾ ਦਾ ਹੁੰਦਾ ਲਿੱਸੇ ਬੰਦੇ ਦਾ ਜਿਹਨੇ ਲੈ ਕੇ ਖਾਣਾ ਅੱਗੋਂ ਸਰਕਾਰਾਂ ਬਣਾਉਣੀਆਂ ਚਲਾਉਣੀਆਂ ਉਹ ਉਹਦਾ ਕਹਦਾ ਦਬਾਅ ਹੈ ਸੋ ਇਸ ਕਰਕੇ ਇਹ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਅਸੀਂ ਅੱਗੋਂ ਦਬੇਲ ਕਿਰਦਾਰ ਨਿਵਾ ਰਹੇ ਆ ਉਹਦੇ ਵਿੱਚ ਜਿਹੜੇ ਕਰਿੰਦੇ ਨਿੱਕੇ ਨਿੱਕੇ ਕਰਿੰਦੇ ਨੇ ਉਹ ਜ਼ਿਆਦਾ ਬੁੜਕਦੇ ਨੇ ਉਹ ਜਿਵੇਂ ਆਮ ਇੱਕ ਗੱਲ ਕਹਿੰਦੇ ਹੁੰਦੇ ਨੇ ਧਰਮਾਂ ਦਾ ਬੁਖਾਰ ਜਦੋਂ ਬਹੁਤ ਚੜਿਆ ਹੁੰਦਾ ਲੋਕਾਂ ਨੂੰ ਤੇ ਕਹਿੰਦੇ ਹੁੰਦੇ ਨਾ ਵੀ ਰਾਮ ਮੁਹੰਮਦ ਈਸਾ ਨਾਨਕ ਦਾ ਨਰਮ ਨੇ ਪਤੀਲੇ ਦਾ ਠੀਕ ਨੇ ਚਮਚੇ ਕਰਮ ਨੇ ਕਈ ਵਾਰੀ ਹੁੰਦਾ ਕਿ ਉਤਲਾ ਤਾਂ ਠੰਡੇ ਮਾਰਨ ਨਾਲ ਗੱਲ ਕਰਦਾ ਹੁੰਦਾ ਥੱਲੇ ਵਾਲੇ ਜਿਆਦਾ ਐਕਟਿਵ ਹੋ ਜਾਂਦੇ ਆ ਸੇਮ ਇਸ ਦਾ ਕੇਸ ਵੀ ਦਰਜੀਤ ਗਰੇਵਾਲ ਹਰਜੀਤ ਸਿੰਘ ਗਰੇਵਾਲ ਬੜਾ ਜ਼ਿੰਮੇਵਾਰ ਕਿਸਮ ਦਾ ਸਿਆਸਤਦਾਨ ساری ਦੁਨੀਆ ਕਹਿੰਦੀ ਸੀ ਪਰ ਇਸ ਲਹਿਰ ਦੇ ਵਿੱਚ ਇਸ ਮਾਹੌਲ ਦੇ ਵਿੱਚ ਜਿੰਨਾ ਉਸ ਨੇ ਆਪਣਾ ਟੈਂਪਰ ਲੂਜ਼ ਕਰਕੇ ਜਿੰਨੀ ਤਲਖ ਭਾਸ਼ਾ ਵਰਤੀ ਹੈ ਉਹ ਸਮਝ ਲੋ ਕਿ ਉਹਦੇ ਮਿੱਤਰ ਪਿਆਰਿਆਂ ਨੂੰ ਵੀ ਉਹਦੀ ਸਮਝ ਨਹੀਂ ਆ ਰਹੀ ਕਿ ਉਹ ਇੰਨਾ ਤਲਖ ਕਿਉਂ ਆ ਕਿਹੜੀ ਫ੍ਰਸਟ੍ਰੇਸ਼ਨ ਹੈ ਜਿਹੜੀ ਉਹਦੇ ਅੰਦਰ ਬੋਲਦੀ ਹੈ ਜਿਹਦੇ ਕਰਕੇ ਇਹਨੇ ਤਲਖੀ ਦੇ ਵਿੱਚ ਉਹ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਉਹ ਹੋਵੇ ਕੇਂਦਰ ਦਾ ਖੇਤੀਬਾੜੀ ਮੰਤਰੀ ਇਹ ਬੇਲਬਲ ਕੋਈ ਬੇਲਬਲ ਕੋਈ ਵਾਪਸ ਨਹੀਂ ਹੋਣੇ ਇਹ ਭਾਸ਼ਾ ਯਾਰ ਕੋਈ ਡਾਇਲੌਗ ਦੀ ਭਾਸ਼ਾ ਕੋਈ ਉਹ ਪਿੰਡ ਧਨੋਲਾ ਜਿਹੜਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਿੰਡ ਹੈ ਬੜਾ ਬਰਤਪੂਰਨ ਪਿੰਡ ਹੈ ਬੜਾ ਸਿਆਸੀ ਪਿੰਡ ਹੈ ਉਸ ਬੰਦੇ ਦੇ ਸੁਚੇਤ ਉਸ ਪਿੰਡ ਦੇ ਬੜੇ ਨਾਗਰਿਕ ਨੇ ਔਰ ਹਰਜੀਤ ਵੀ ਉਸੇ ਪਿੰਡ ਦਾ ਜਮਾਇਆ ਆਇਆ ਇਹ ਵੀ ਉੱਥੇ ਹੀ ਉਸੇ ਉਹਨਾਂ ਇਲਾਕਿਆਂ ਦਾ ਹੀ ਸੰਘਰਸ਼ਾਂ ਚੋਂ ਨਿਕਲਿਆ ਨੌਜਵਾਨ ਹੈ ਤੇ ਉਹ ਪਿੰਡ ਨੇ ਹੁਣ ਫੈਸਲਾ ਇਹ ਕਰਤਾ ਵੀ ਜੇ ਇਹੋ ਜੀ ਭਾਸ਼ਾ ਇਹਨੇ ਵਰਤ ਕੇ ਸਾਨੂੰ ਬਾਰ-ਬਾਰ ਘਰੂਟ ਮਾਰਨੇ ਨੇ ਘਰੂਟ ਮਾਰਨੇ ਨੇ ਤਾਂ ਅਸੀਂ ਕਿਉਂ ਨਾ ਇਸ ਦਾ ਸਮਾਜਿਕ ਬਾਈਕਾਟ ਕਰੀਏ ਉਹ ਜਿੰਨੀ ਕਿਹਦੀ ਜ਼ਮੀਨ ਹੈ ਉੱਥੇ ਭਰਾਵਾਂ ਦੀ ਜਾਂ ਦੀ ਆਪਣੀ ਉਹ ਸਾਰੀ ਜ਼ਮੀਨ ਜਿਹੜੀ ਉਹਨਾਂ ਨੇ ਕਿਹਾ ਵੀ ਕੋਈ ਭਾਈ ਇਹਦੀ ਠੇਕੇ ਤੇ ਵੀ ਨਾ ਲਾਓ ਤੁਸੀਂ ਜੇ ਕੋਈ ਲਏਗਾ ਤੇ ਫਿਰ ਨਾ ਕੋਈ ਦੱਸੇ ਨਹੀਂ ਅਸੀਂ ਉਹਨਾਂ ਨਾਲ ਹੁੱਕਾ ਪਾਣੀ ਨਹੀਂ ਰੱਖਣਾ ਸਾਂਝਾ ਸਾਡੀ ਉਹਨਾਂ ਕੋਈ ਸਾਂਝ ਨਹੀਂ ਇਹੋ ਜਿਹੇ ਬੰਦੇ ਨੇ ਜਿਹੜਾ ਇਹਨਾਂ ਇਹਨੂੰ ਕੋਆਪਰੇਟ ਕਰਦਾ ਉਹਨਾਂ ਨੇ ਬੈਨਰ ਲਾ ਕੇ ਲਿਖ ਕੇ ਲਾ ਦਿੱਤੇ ਨੇ ਉੱਥੇ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਰਿਵਾਰ ਦੇ ਬਾਕੀ ਜੀ ਹਰਜੀਤ ਦੀ ਇਸ ਹਰਕਤ ਤੋਂ ਵੀ ਦੁਖੀ ਨੇ ਕਿ ਕਿਉਂ ਇਹਨਾਂ ਪ੍ਰੋਐਕਟਿਵ ਹੋ ਕੇ ਤੇ ਉਹ ਮਤਲਬ ਜਿਆਦਾ ਹੀ ਹਾਲ ਚੜਾ ਲਿਆ ਉਹਨੇ ਸਰਕਾਰ ਦੇ ਪੱਖ ਦਾ ਬਿਲਕੁਲ ਠੀਕ ਹੈ ਡਾਇਲੌਗ ਜੋ ਸਰਕਾਰ ਕਰ ਰਹੀ ਸੀ ਤੁਸੀਂ ਵੀ ਡਾਇਲੌਗ ਦੀ ਪੈਸੇ ਚ ਗੱਲ ਕਰੋ ਕੀ ਲੋੜ ਹੈ ਤਲਖੀ ਚ ਗੱਲ ਕਰਨ ਦੀ ਸੋ ਇਸੇ ਤੋਂ ਇਹ ਹੀ ਇਹ ਹੀ ਸੂਰਤ ਬਣੀ ਹੈ ਧਰਮਿੰਦਰ ਤੇ ਆਪਣੇ ਸਣੀ ਦਿਉਲ ਦੇ ਪਰਿਵਾਰ ਦਾ ਬਾਈਕਾਟ ਵੀ ਉਸ ਜੋ ਕਿ ਬਹੁਤ ਲੰਮਾ ਸਮਾਂ ਪਿੰਡ ਤੋਂ ਉਹਦਾ ਡਾਂਗੋਆਂ ਖੇਰੂਲੇ ਨੇ ਜ਼ਿਲ੍ਹੇ ਦੇ ਵਿੱਚ ਖੁਰ ਦੇ ਨੇੜੇ ਪਰ ਇਹ ਬਾਈਕਾਟ ਕੀਤਾ ਉਸ ਪਿੰਡ ਵਾਲਿਆਂ ਨੇ ਜਿਹੜੇ ਪਿੰਡ ਦਾ ਹੀ ਦਾਅਵੇਦਾਰੀ ਬਹੁਤ ਕਰਦੇ ਕਿ ਲੰਮਾ ਸਮਾਂ ਧਰਮਿੰਦਰ ਹੋਰੀ ਸਾਹਨੇਵਾਲ ਚ ਹੀ ਰਹੇ ਨੇ ਉੱਥੇ ਪੜੇ ਨੇ ਉੱਥੇ ਉਹਨਾਂ ਦੇ ਫਾਦਰ ਉੱਥੇ ਸਕੂਲ ਟੀਚਰ ਸੀ ਸੋ ਸਾਹਨੇਵਾਲ ਦੇ ਲੋਕਾਂ ਨੇ ਅੱਜ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਅਸੀਂ ਧਰਮਿੰਦਰ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਜ ਨਹੀਂ ਰੱਖਾਂਗੇ ਜਿਹੜਾ ਮਾਣ ਅਸੀਂ ਕਰਦੇ ຊੋਸ ਤੇ ਸਾਡਾ ਮਾਨੋਂ ਨੇ ਗਵਾ ਦਿੱਤਾ ਹੈ ਸਾਡੇ ਭਤੀਜ ਨੇ ਵੀ ਇਹ ਕੰਮ ਕੀਤਾ ਸਨੀ ਦੇਵਾਲ ਨੇ ਵੀ ਇੱਕ ਮਿੰਟ ਵੀ ਇੱਕ ਵੀ ਸ਼ਬਦ ਕਿਸਾਨ ਮੋਰਚੇ ਦੇ ਹੱਕ ਵਿੱਚ ਨਹੀਂ ਬੋਲਿਆ ਜਾਂ ਜ਼ਮੀਨਾਂ ਜਦੋਂ ਖੁਸਤੀਆਂ ਸਾਡੀਆਂ ਸਾਡੀਆਂ ਧਰਤੀਆਂ ਖੁਸਤੀਆਂ ਨਹੀਂ ਤਾਂ ਉਹਦੇ ਵਿੱਚ ਉਹਦੇ ਹਮਦਰਦੀ ਸਾਡੇ ਬੱਚੇ ਤਾਂ ਕਰਨ ਨਾ ਘਟੋ ਘਟ ਸਾਡੇ ਨਾਲ ਆਪਣੀ ਪਾਰਟੀ ਨੂੰ ਘਟੋ ਘਟ ਚਿੱਠੀ ਲਿਖ ਦੇਣਗੇ ਤੁਸੀਂ ਇਹਨੂੰ ਜਲਦੀ ਨਿਝਠੋ ਇੰਨਾ ਕੰਮ ਤਾਂ ਕਰ ਸਕਦੇ ਆ ਇਹਦੇ ਕੋਈ ਮੁਸ਼ਕਲ ਨਹੀਂ ਹੈਗਾ ਸੋ ਇਸ ਕਰਕੇ ਜਿਹੜਾ ਧਨੌਲੇ ਦੇ ਵਸੀਆਂ ਨੇ ਹਰਜੀਤ ਦੇ ਖਿਲਾਫ ਤਾਂ ਜ਼ਿਆਦਾ ਡਰਾਸਟਿਕ ਐਕਸ਼ਨ ਇਹਨਾਂ ਦਾ ਤਰਮਿੰਦਰ ਦੇ ਪਿੰਡੂਆਂ ਨੇ ਥੋੜਾ ਜਿਹਾ ਇਹ ਲਿਆਜ ਰੱਖਿਆ ਥੋੜਾ ਬਹੁਤਾ ਤੇ ਸਬਾਬ ਨਾਲ ਜਿਹੜਾ ਯੋਗ ਰਾਜ ਉਹ ਵੀ ਨਾਲ ਦਾ ਪਿੰਡ ਹੈ ਬਿਲਕੁਲ ਸਾਹਨੇ ਵਾਲ ਦੇ ਕਨੇਚ ਉਥੋਂ ਦਾ ਉਸ ਇਲਾਕੇ ਦੇ ਵਿੱਚ ਬੜਾ ਵੱਖਰੀ ਕਿਸਮ ਦਾ ਡਾਈਸੈਂਟ ਹੈ ਜਿਹੜਾ ਵਿਰੋਧ ਹੈ ਤਰਮਿੰਦਰ ਪਰਿਵਾਰ ਦਾ ਔਰ ਇਸ ਗੱਲ ਦੇ ਵਿੱਚੋਂ ਇਹ ਨਤੀਜਾ ਨਿਕਲਦਾ ਹੈ ਕਿ ਬਾਕੀਆਂ ਦੀ ਵਾਰੀ ਵੀ ਆਉਣ ਵਾਲੀ ਹੈ ਜੀ ਸਰ ਖਬਰ ਆਈ ਹੈ ਅੱਜ ਕਿ ਆਸਟਰੀਆ ਦੇ ਵਿੱਚ ਜਿਹੜਾ ਸਿੱਖ ਧਰਮ ਹੈ ਹੁਣ ਰਜਿਸਟਰ ਹੋ ਸਕਦਾ ਹੈ ਇਹਦੇ ਬਾਰੇ ਸਾਨੂੰ ਕੁਝ ਦੱਸੋ ਆ ਯੂਰਪ ਦੇ ਬੇਟੇ ਵੱਖ-ਵੱਖ ਮੁਲਕਾਂ ਦੇ ਵਿੱਚ ਨਾ ਵੱਖ-ਵੱਖ ਤਰ੍ਹਾਂ ਦੇ ਵਿਧਾਨ ਨੇ ਜਿਹਦੇ ਵਿੱਚ ਉਹ ਉਹਨਾਂ ਨੇ ਕੋਈ ਲਿਸਟ ਕੀਤੇ ਹੋਏ ਨੇ ਕਿ ਇਹੀ ਧਰਮ ਨੇ ਸਾਡੇ ਇੱਥੇ ਲਿਸਟਡ ਧਰਮ ਉਹੀ ਨੇ ਤੇ ਬੜੇ ਚਿਰ ਤੋਂ ਆਸਟ੍ਰੇਲੀਆ ਦੇ ਵਿੱਚ ਸਿੱਖ ਕਮਿਊਨਿਟੀ ਜਾ ਕੇ ਵਸੀ ਹੋਈ ਹੈ ਪਰ ਉਹਨਾਂ ਨੂੰ ਇਹ ਅਧਿਕਾਰ ਨਹੀਂ ਸੀ ਕਿ ਉਹ ਆਪਣੇ ਆਪ ਨੂੰ ਸਿੱਖ ਦੇ ਤੌਰ ਤੇ ਰਜਿਸਟਰ ਕਰਾ ਸਕਣ فرض ਕੀਤਾ ਕੋਈ ਬੱਚਾ ਸਾਡਾ ਪੈਦਾ ਹੁੰਦਾ ਉੱਥੇ ਤੇ ਉਸ ਬੱਚੇ ਦਾ ਰਿਲੀਜੀਅਨ ਜਿਹੜਾ ਖਾਨਾ ਹੈ ਉੱਥੇ ਲਿਖਿਆ ਜਾਂਦਾ ਨੰਨ ਆਪ ਇਹਦਾ ਕੋਈ ਧਰਮ ਨਹੀਂ ਹੈ ਸਿੱਖ ਨਹੀਂ ਸੀ ਲਿਖਿਆ ਜਾਂਦਾ ਉੱਥੇ ਇਹ ਲੜਾਈ ਬੜੇ ਚਿਰ ਤੋਂ ਉੱਥੇ ਚੱਲਦੀ ਆ ਰਹੀ ਸੀ ਔਰ ਇਹਦੇ ਵਿੱਚ ਇਹ ਸੀ ਕਿ ਰਜਿਸਟਰ ਨਹੀਂ ਸੀ ਕਰਦੇ ਜਿਹੜੇ ਸਿੱਖ ਬੱਚੇ ਹੁੰਦੇ ਸੀ ਉਹਨਾਂ ਨੂੰ ਔਰ ਨਾ ਹੀ ਸਾਡੇ ਉੱਤੇ ਗੁਰਦੁਆਰੇ ਜਿਹੜੇ ਸੀਗੇ ਉਹ ਬਣ ਸਕਦੇ ਸੀ ਉਹ ਗੁਰਦੁਆਰਾ ਜਿਹੜਾ ਸੀ ਉਹ ਕੈਮੋਫਲਾਜ ਕਰਕੇ ਬਣਾਉਣਾ ਪੈਂਦਾ ਸੀ ਸਭਾ ਸੁਸਾਇਟੀ ਕੋ ਰਜਿਸਟਰ ਕਰਵਾ ਕੇ ਉਹਦੇ ਵੱਲੋਂ ਸਭਾ ਦੇ ਨਾਂ ਦੇ ਉੱਤੇ ਉਸ ਥਾਂ ਦੇ ਉੱਤੇ ਤੁਸੀਂ ਆਪਣੀ ਧਾਰਮਿਕ ਰਸਮਾਂ ਰੀਤਾਂ ਕਰ ਸਕਦੇ ਹੋ ਪਰ ਉਹਨੂੰ ਗੁਰੂ ਘਰ ਨਹੀਂ ਕਹਿ ਸਕਦੇ ਗੁਰਦੁਆਰਾ ਨਹੀਂ ਕਹਿ ਸਕਦੇ ਕਿਉਂਕਿ ਕਮਿਊਨਿਟੀ ਦੇ ਵਿੱਚ ਇਸ ਕਿਸਮ ਦਾ ਵਿਧਾਨਕ ਪ੍ਰਬੰਧ ਨਹੀਂ ਸੀ ਹੈਗਾ ਸੋ ਇਸ ਗੱਲ ਬਾਰੇ 2016 ਦੇ ਵਿੱਚ ਜਿਹੜੇ ਨੌਜਵਾਨ ਸੀ ਉੱਥੇ ਖਾਸ ਕਰਕੇ ਦੋ ਬੱਚੇ ਸੀ ਅਰुणबीर ਸਿੰਘ ਬਾਜਵਾ ਤੇ ਗੁਰਸ਼ਰਨ ਸਿੰਘ ਮੰਗਟ ਉਹਨਾਂ ਨੇ ਇੱਕ ਲਹਿਰ ਸ਼ੁਰੂ ਕੀਤੀ ਸਿਗਨੇਚਰ ਕੈਂਪੇਨ ਸ਼ੁਰੂ ਕੀਤੀ ਗਵਰਨਮੈਂਟ ਨਾਲ ਕਾਸਪੋਂਡੈਂਸ ਕੀਤੀ ਔਰ ਇਹ ਗੱਲ ਕਾਮਯਾਬ ਨਾ ਹੋ ਸਕੀ 2018 ਦੇ ਵਿੱਚ ਲਗਭਗ ਹੋਣ ਦੇ ਨੇੜੇ ਪਹੁੰਚੀ ਪਰ ਉਹਦੀ ਪੈਰ ਵੀ ਠੀਕ ਨਾ ਹੋਣ ਕਰਕੇ ਉਹ ਗੱਲ ਸਿਰੇ ਨਾਲ ਲੱਗ ਸਕੇ ਉਸ ਤੋਂ ਬਾਅਦ ਫਿਰ ਉੱਥੋਂ ਦੇ ਬੱਚਿਆਂ ਨੇ ਖਾਸ ਕਰਕੇ ਵਿਆਨਾਂ ਚ ਵਾਸਤੇ ਬੱਚਿਆਂ ਨੇ ਇੱਕ ਨੌਜਵਾਨ ਸਭਾ ਬਣਾਈ ਔਰ ਨੌਜਵਾਨ ਸਭਾ ਦੇ ਵੱਲੋਂ ਉਹਨਾਂ ਨੇ ਜਦੋਂ ਸਾਰੀ ਪੈਰਵੇ ਕੀਤੀ ਹੈ ਤਾਂ 13 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਰਿਜ਼ਲਟ ਮਿਲ ਗਿਆ ਕਿ ਅਸਤਰੀਆ ਗਵਰਨਮੈਂਟ ਨੇ ਪ੍ਰਵਾਨਗੀ ਦੇ ਦਿੱਤੀ ਹੈ ਕਿ ਹੁਣ ਸਿੱਖ ਧਰਮ ਦੇ ਰੂਪ ਦੇ ਵਿੱਚ ਸਿੱਖ ਪਰਿਵਾਰ ਜਿਹੜੇ ਨੇ ਆਪਣੇ ਅਪਟੀ ਰਜਿਸਟ੍ਰੇਸ਼ਨ ਕਰ ਸਕਣਗੇ ਔਰ ਉਹਨਾਂ ਦੇ ਇਵਨ ਸਿੰਗਲ ਅੱਖਰ ਵੀ ਜਿਹੜਾ ਸੀਗਾ ਜੇ ਕਿਸੇ ਨੇ ਲਿਖਣਾ ਹੁੰਦਾ ਸੀ ਨਾ ਬੱਚੇ ਦੇ ਨਾਮ ਨਾਲ ਜੇ ਮੁੰਡਾ ਜੰਪਿਆ ਤੇ ਮੁੰਡੇ ਦਾ ਨਾਮ ਰੱਖਿਆ ਤੁਸੀਂ ਕੁਝ ਵੀ ਉਹਨਾਂ ਨੇ ਸਿੰਗ ਨਹੀਂ ਸੀ ਲਿਖ ਸਕਦੇ ਉਹ ਜੇ ਲਿਖਵਾਉਣਾ ਸੀ ਤਾਂ ਜਿਹੜੀ ਅਸਤਰੀਆ ਦੇ ਵਿੱਚ ਅਵੈਸੀ ਹੈ ਉਹ ਤੋਂ ਪ੍ਰਵਾਨਗੀ ਲੈਣੀ ਪੈਂਦੀ ਸੀ ਅੱਜ ਹੀ ਮੈਂ ਪੁੱਛ ਰਿਹਾ ਸਾਂ ਉੱਥੇ ਮੇਰੇ ਦੋਸਤ ਨੇ ਸਰਦਾਰ ਜਸਵਿੰਦਰਪਾਲ ਸਿੰਘ ਬਾਜਵਾ ਉਹ ਦੱਸ ਰਹੇ ਸੀ ਕਿ ਸਾਡੀ ਸਮੱਸਿਆ ਇਹ ਸੀ ਕਿ ਸਾਡੀ ਕਮਿਊਨਿਟੀ ਨੂੰ ਇੰਨੀ ਕ ਦੇਣਗੀ ਮੰਨਣੀ ਪੈਂਦੀ ਸੀ ਆਪਣੀ ਉਥੋਂ ਦੀ ਵੈਸੀ ਦੀ ਕਿ ਆਪਣੇ ਨਾਵਾਂ ਨਾਲ ਸਿੰਘ ਲਿਖਣ ਲਈ ਵੀ ਸਾਨੂੰ ਉਥੋਂ ਵਰਦੀ ਦੇ ਕੇ ਤੇ ਪ੍ਰਵਾਨਗੀ ਲੈਣੀ ਪੈਂਦੀ ਸੀ ਜੀ ਸੋ ਇਸ ਕਰਕੇ ਸਾਡੇ ਬੱਚਿਆਂ ਨੂੰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਇਸ ਗੱਲ ਦਾ ਬੜਾ ਮਾਣ ਹੋਏਗਾ ਕਿ ਸਾਡਾ ਇੱਕ ਸੰਪੂਰਨ ਧਰਮ ਜਿਹੜਾ ਹੈਗਾ ਉਸ ਨੂੰ ਪ੍ਰਵਾਨਗੀ ਕਾਗਜ਼ੀ ਪਤਰੀ ਵੀ ਮਿਲ ਗਈ ਹੈ ਔਰ ਉਹਦਾ ਬੜਾ ਉੱਥੇ ਉਹਨਾਂ ਨੇ ਚਾਹ ਕੀਤਾ ਖਾਸ ਕਰਕੇ ਗੁਰਦੁਆਰਾ ਸਾਹਿਬਾਂ ਦੀਆਂ ਸਰਬਸਾ ਸੁਸਾਇਟੀਆਂ ਨੇ ਇਕੱਠਿਆਂ ਇਹ ਹੋ ਸર્ટਿਫਿਕੇਟ ਦੀਆਂ ਕਾਪੀਆਂ ਕਰਕੇ ਤੇ ਇਕੱਠਿਆਂ ਹੋ ਕੇ ਇੱਕ ਦੂਜੇ ਦਾ ਆਦਰਮਾਨ ਕੀਤਾ ਉਹਨਾਂ ਨੂੰ ਬੱਚਿਆਂ ਦੀ ਨੌਜਵਾਨ ਸਭਾ ਦਾ ਸ਼ੁਕਰਾਨਾ ਕੀਤਾ ਸਾਰਿਆਂ ਨੇ ਸਪੈਸ਼ਲੀ ਉੱਥੇ ਜਿਹੜੇ ਹੈੱਡ ਗ੍ਰੰਥੀ ਰਹੇ ਨੇ ਵਿਆਨਾਂ ਦੇ ਵਿੱਚ ਸਰਦਾਰ ਔੰਕਾਰ ਸਿੰਘ ਉਹਨਾਂ ਦਾ ਬੜਾ ਵੱਡਾ ਰੋਲ ਹੈ ਗਾਈਡਿੰਗ ਫੋਰਸ ਦੇ ਰੂਪ ਦੇ ਵਿੱਚ ਇਹਨਾਂ ਬੱਚਿਆਂ ਦੇ ਨਾਲ ਤੁਰ ਕੇ ਔਰ ਨਿਰੰਤਰਤਾ ਦੇ ਵਿੱਚ ਉਹਨਾਂ ਨੇ ਇਸ ਦਿਨ ਜਿਹੜਾ ਕੰਮ ਕੀਤਾ ਉਹਨਾਂ ਨੇ ਵਧਾਈ ਦਿੱਤੀ ਇਹਨਾਂ ਬੱਚਿਆਂ ਨੂੰ ਕਿ ਇਸ ਨਾਲ ਉਹਨਾਂ ਸਭਾਂ ਨੇ ਆਸਟਰੀਆ ਦੇ ਵਿੱਚ ਜਿਹੜੀ ਇਹ ਮਤਲਬ ਇਹ ਜਿੱਤ ਜਿੱਤੀ ਹੈ ਉਹਦਾ ਬੈਨੀਫਿਟ ਕੀ ਹੋਣਾ ਇਹ ਤਾਂ ਗੁਰੂ ਘਰਾਂ ਨੂੰ ਰਜਿਸਟ੍ਰੇਸ਼ਨ ਸਿੱਧੀ ਮਿਲ ਸਕੇਗੀ ਦੂਸਰਾ ਜਿਹੜਾ ਪੱਗ ਦੇ ਉੱਤੇ ਵੱਖ-ਵੱਖ ਕਿਸਮ ਦੇ ਸਵਾਲ ਵੱਖ-ਵੱਖ ਸਮਿਆਂ ਤੇ ਉੱਠਦੇ ਸੀ ਉਹ ਨਹੀਂ ਉੱਠ ਸਕਣਗੇ ਸੋ ਸਾਡੇ ਬੱਚੇ ਵੀ ਖਾਸ ਕਰਕੇ ਧੀਆਂ ਪੁੱਤਰ ਜਿਹੜੇ ਪੈਦਾ ਹੋਣਗੇ ਉੱਥੇ ਉਹਨਾਂ ਨੂੰ ਜੰਮਣਸਾਰ ਉਹਨਾਂ ਨੂੰ ਸਰਟੀਫਿਕੇਟ ਜਿਹੜੇ ਈਸ਼ੂ ਹੋਣਗੇ ਉਹ ਸਿੰਘ ਤੇ ਕੌਰ ਵਾਲੇ ਹੋਣਗੇ ਇਹ ਇਹ ਬੜੀ ਵੱਡੀ ਅਚੀਵਮੈਂਟ ਹੈ ਔਰ ਇਸ ਤੇ ਖੁਸ਼ ਹੋ ਕੇ ਅੱਜ ਜਿੱਥੇ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਹੋਰਾਂ ਨੇ ਵਧਾਰਕ ਦਿੱਤੀ ਹੈ ਬੜੀ ਵੱਡੀ ਜਿੱਤ ਹੈ ਅਸਟਰੀਆ ਦੇ ਵਾਸਤੇ ਸਿੱਖ ਪਰਿਵਾਰਾਂ ਨੂੰ ਉੱਥੇ ਸਾਡੇ ਸਿੱਖਿਆ ਤੰਤਰ ਦੇ ਉੱਚ ਅਧਿਕਾਰੀ ਜਿਹੜੇ ਵਕਤ ਸਮੇਤੇ ਰਹੇ ਨੇ ਡਾਕਟਰ ਨਛੱਤਰ ਸਿੰਘ ਮੱਲੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲ ਰਹੇ ਨੇ ਔਰ ਡਾਕਟਰ ਐਸਪੀ ਸਿੰਘ ਜਿਹੜੇ ਗੋਨਾਂਂਦੇਸ ਦੇ ਵਾਈਸ ਚਾਂਸਲ ਰਹੇ ਨੇ ਉਹਨਾਂ ਤੋਂ ਬਿਨਾ ਕੁਝ ਹੋਰ ਸਿੱਖ ਸਿਆਸਤਦਾਨਾਂ ਨੇ ਵੀ ਇਸ ਗੱਲ ਨੂੰ ਬਹੁਤ ਵੱਡੀ ਪ੍ਰਾਪਤੀ ਦੇ ਰੂਪ ਚ ਵੇਖ ਕੇ ਗੱਲ ਕੀਤੀ ਹੈ ਸਪੈਸ਼ਲੀ ਸਾਡੇ ਲੁਗਾਨੇ ਸ਼ਹਿਰ ਦੇ ਵਿੱਚੀ ਬਹੁਤ ਸਾਰੇ ਖਾਸ ਕਰਕੇ ਸਿੱਖ ਪਰਿਵਾਰਾਂ ਨਾਲ ਸੰਬੰਧਤ ਜਿਹੜੇ ਜਾਂ ਗੁਰੂ ਘਰ ਨਾਲ ਸੰਬੰਧਤ ਪਾਲ ਸਿੰਘ ਜਿਹੜੇ ਗੁਰਦਾ ਦੁਖਨਵਾਰ ਨੇ ਪ੍ਰਧਾਨ ਨੇ ਉਹਨਾਂ ਨੇ ਔਰ ਕੁਝ ਹੋਰ ਜਿਵੇਂ ਬੰਦੀਆਂ ਨੇ ਵੀ ਇਸ ਗੱਲ ਨੂੰ ਇੱਕ ਵੱਡੀ ਅਚੀਵਮੈਂਟ ਵਾਂਗ ਦੇਖਿਆ ਕਿਉਂਕਿ ਪ੍ਰਦੇਸ਼ ਦੇ ਵਿੱਚ ਬੇਪਛਾਣ ਹੋ ਕੇ ਜਿਉਣਾ ਮਰਨ ਦੇ ਬਰਾਬਰ ਹੁੰਦਾ ਸੋ ਸਾਡੇ ਜੀਵਾਂ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਆਤਮ ਵਿਸ਼ਵਾਸ ਆਏਗਾ ਆਤਮ ਬਾਲਾ ਆਏਗਾ ਇਸ ਲੈਜਿਸਲੇਸ਼ਨ ਦੇ ਨਾਲ ਸਰ ਮੇਰਾ ਅਗਲਾ ਸਵਾਲ ਜਿਹੜਾ ਬੜੀ ਚਰਚਿਤ ਖਬਰ ਦੇ ਨਾਲ ਸੰਬੰਧਿਤ ਹੈ ਕਿ ਸੁਖਬੀਰ ਸਿੰਘ ਬਾਦਲ ਫਤਿਹਗੜ੍ਹ ਸਾਹਿਬ ਗਏ ਸੀ ਤੇ ਉਹਨਾਂ ਦੇ ਖਿਲਾਫ ਲੋਕਾਂ ਨੇ ਜਮ ਕੇ ਨਾਰੇਬਾਜ਼ੀ ਕੀਤੀ ਤੇ ਉਥੇ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥੀਆਂ ਨੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਅ ਸਰ ਸਾ ਸੁਖਬੀਰ ਸਿੰਘ ਬਾਦਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਔਰ ਨਾਲ ਦੀ ਨਾਲ ਇਸ ਵਕਤ ਪੰਜਾਬ ਦੀ ਜਿਹੜੀ ਲੰਮਾ ਸਮਾਂ 10 ਸਾਲ ਲਗ ਭਗ ਰਾਜ ਕਰਦੀ ਰਹੀ ਪਾਰਟੀ ਸ਼ੋਮਣੀ ਗਾਲੀਦਲ ਬਾਦਲ ਹੈ ਉਹਦੇ ਵੀ ਪ੍ਰਧਾਨ ਨੇ ਉਹ ਮੱਥਾ ਟੇਕਣ ਗਏ ਨੇ ਤੇ ਉਦੋਂ ਬਾਅਦ ਚ ਉੱਥੇ মিডিਆ ਵਾਲਿਆਂ ਨੇ ਕਿਹਾ ਕਿ ਗੱਲਬਾਤ ਕਰਨੀ ਹੈ ਤੇ মিডিਆ ਨਾਲ ਗੱਲ ਕਰਨ ਵਾਸਤੇ ਗੈਸਟ ਹੌਸਟ ਬੈਠੇ ਸੀ ਤੇ ਜਿਹੜੀਆਂ ਕੁਝ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਮੌਕੇ ਤੇ ਹਾਜ਼ਰ ਸੀ ਖਾਸ ਕਰਕੇ ਕਿਉਂਕਿ ਬਹੁਤ ਸਾਰੇ ਲੋਕ ਜੇ ਦਿੱਲੀ ਨੂੰ ਜਾ ਰਹੇ ਨੇ ਜਾਣ ਲੱਗਿਆ ਮੱਥਾ ਟੇਕ ਕੇ ਜਾ ਰਹੇ ਨੇ ਫਤਿਹਗੜ੍ਹ ਸਾਹਿਬ ਗੁਰੂ ਘਰ ਦੇ ਵਿੱਚ ਕਿਉਂਕਿ ਸਹਿਬਜ਼ਾਦਾਾਂ ਦੀ ਕੱਲ ਸ਼ੀਦੀ ਸਭਾ ਦਾ সমਾਪਨ ਹੋਇਆ ਔਰ ਸੁਖਵੀਰ ਹੋਰੀ ਵੀ ਉੱਥੇ ਮੱਥਾ ਟੇਕਣ ਹੀ ਗਏ ਹੋਏ ਸੀਗੇ ਤੇ ਉਦੋਂ ਬਾਅਦ ਵਿੱਚ মিডিਆ ਨਾਲ ਗੱਲ ਕਰਨ ਲਈ ਜਦੋਂ ਬੈਠੇ ਸੀ ਗੈਸਟ ਹੌਸਟ ਕੁਝ ਲੋਕਾਂ ਨੇ ਉੱਥੇ ਕਾਲੀਆਂ ਝੰਡੀਆਂ ਵਿਖਾ ਕੇ ਤੇ ਉਹਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਤੇ ਪ੍ਰਦਰਸ਼ਨ ਵੀ ਕੀਤਾ ਤੇ ਜਦੋਂ ਪਤਾ ਲੱਗਿਆ ਅੰਦਰਲੇ ਬੰਦੇ ਵੀ ਹੁਣ ਬਾਹਰ ਤਾਂ ਜਿੰਦਾਬਾਦ ਮਰਦਾਬਾਦ ਹੋਣ ਲੱਗ ਗਏ ਜਿੰਦਾਬਾਦ ਤੇ ਕਾਟੀ ਹੋਈ ਮਰਦਾਬਾਦੀ ਜਿਆਦਾ ਕਰਨ ਵਾਲੇ ਹੁੰਦੇ ਨੇ ਕਾਲੀ ਝੰਡੀ ਵਾਲਾ ਬੰਦਾ ਜਿੰਦਾਬਾਦ ਕਿਸੇ ਨੂੰ ਕਹਿੰਦਾ ਹੀ ਨਹੀਂ ਉਹ ਫਿਰ ਉਹਨਾਂ ਨੂੰ ਮਗਰਲੇ ਪਾਸੇ ਕੁੰਡੀ ਖੋਲ ਕੇ ਤੇ ਸਦਾ ਸੁਖਵੀਰ ਸਿੰਘ ਦਾ ਸਿਕਿਉਰਿਟੀ ਵਾਲਿਆਂ ਨੇ ਪਿਛਲੇ ਪਾਸਿਓਂ ਦੀ ਕੱਢ ਲਿਆ ਤੇ ਜਿਹੜੇ ਲੋਕ ਲਾਗੂ ਸੀ ਉੱਥੋਂ ਦੇ ਫਰੀਦ ਸਾਹਿਬ ਦੇ ਉਹ ਜਦੋਂ ਬਾਹਰ ਆਏ ਤੇ ਉਹ ਜਿਹੜੇ ਵਿਰੋਧ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਨਾਲ ਉਹਨਾਂ ਦਾ ਆਪਸ ਦੇ ਵਿੱਚ ਤੁ ਤੁ ਮੈਮਾ ਹੋ ਗਈ ਗੁੱਥਮ ਗੁੱਥਾ ਹੋ ਗਏ ਤੇ ਗੁੱਥਮ ਗੁੱਥਾ ਉਹ ਹੋਣ ਤੋਂ ਬਾਅਦ ਫਿਰ ਪਾਗ ਹੀ ਲੈਣੀ ਹੋ ਤਾਂ ਕੀ ਲੈਣਾ ਬੇਟੇ ਹੁਣ ਤਾਂ ਪਾਗ ਹੀ ਲੈਣੀ ਫਿਰ ਤਾਂ ਇਹ ਸਾਨੂੰ ਉਸ ਵੇਲੇ ਦਾ ਖਿਆਲ ਕਰਨਾ ਚਾਹੀਦਾ ਗੁੱਥਮ ਗੁੱਥਾ ਨਹੀਂ ਹੋਣਾ ਚਾਹੀਦਾ ਜਿਹੜੀ ਅਮਾਨਤ ਗੁਰੂ ਦੀ ਏ ਉਹਦੀ ਬੇਦਵੀ ਆਪਣੇ ਹੱਥੀਂ ਜਦੋਂ ਅਸੀਂ ਕਰਦੇ ਆਂ ਤੇ ਸਾਨੂੰ ਸੋਚਣਾ ਚਾਹੀਦਾ ਕਿ ਇਹ ਦਸਤਾਰ ਜਿਹੜੀ ਏ ਇਹ ਉਤਾਰਨ ਤੇ ਉਤਰਨ ਵਾਲੀ ਸੈ ਨਹੀਂ ਹੈਗੀ ਇਹਨੂੰ ਬਚਾ ਕੇ ਰੱਖਣਾ ਵੀ ਸਾਡੇ ਮੱਥਾ 'ਚ ਠੰਡਾ ਹੋਏਗਾ ਤਾਂ ਇਹ ਰਹਿ ਸਕੇਗੀ ਸੋ ਉੱਥੇ ਗਰਮਾ ਗਰਮੀ ਦੇ ਵਿੱਚ ਜਿਹੜੀ ਪੱਗਾਂ ਲੱਥੀਆਂ ਉਹ ਇੱਕ ਅ ਦੁਖਦਾਈ ਘਟਨਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਸਾਡੀ ਲਿਆਕਤ ਦਾ ਵੀ ਮਿਆਰ ਪਤਾ ਲੱਗਦਾ ਹੈ ਕਿ ਅਸੀਂ ਟਕਰਾਅ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਕਿੰਨਾ ਕੁ ਸੰਭਾਲ ਕੇ ਰੱਖ ਸਕਦੇ ਹਾਂ ਸੋ ਇਹ ਉਦਾਸ ਖਬਰ ਹੈ ਔਰ ਪ੍ਰੋਟੈਸਟ ਜੀ ਕਰਨਾ ਹੋਵੇ ਤਾਂ ਉਹ ਨਾਲ ਨਾਲ ਜਬਤ ਵੀ ਜ਼ਰੂਰੀ ਹੈ ਜਿਵੇਂ ਪਰਦੇਸਾਂ ਦੇ ਵਿੱਚ ਲੋਕ ਪ੍ਰੋਟੈਸਟ ਕਰਦੇ ਨੇ ਪਰ ਉਥੇ ਹੱਥੋਂ ਹੱਥੀ ਗਲਤੀ ਨਹੀਂ ਹੁੰਦੇ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਟਕਰਾਅ ਦੀ ਸਥਿਤੀ ਨਹੀਂ ਆਉਂਦੇ ਉਹ ਕਾਨੂੰਨ ਦਾ ਪੈ ਮੰਨਦੇ ਨਹੀਂ ਪਰ ਸਾਡੇ ਲੱਗਦਾ ਹੈ ਕਿ ਅਸੀਂ ਕਾਨੂੰਨ ਨੂੰ ਇੰਨੇ ਕਿ ਸਾਡੇ ਮਦਬਕ ਚੱਲ ਅਸੀਂ ਤੇਰੇ ਮਦਬਕ ਨਹੀਂ ਚੱਲ ਸਕਦੇ ਸੋ ਏਡੀ ਪਵਿੱਤਰ ਧਰਤੀ ਤੇ ਇਸ ਕਿਸਮ ਦੇ ਟਕਰਾਅ ਜਦੋਂ ਆਪਾਂ ਵਿਦਨ ਕਮਿਊਨਿਟੀ ਕਰਦੇ ਆ ਤਾਂ ਉਹ ਫਿਕਰਮੰਦੀ ਦਾ ਆਧਾਰ ਬਣਦਾ ਜੀ ਜੀ ਸਰ ਜੂਪੀ ਦੇ ਵਿੱਚ ਵਿਸ਼ੇਸ਼ ਪੁਲਿਸ ਫੋਰਸ ਦੀ ਸਥਾਪਨਾ ਕਰਨ ਦੀ ਖਬਰ ਆਈ ਹੈ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕੀ ਜ਼ਰੂਰਤ ਪੈ ਗਈ ਸੀ ਇਹ ਵਿਸ਼ੇਸ਼ ਪੁਲਿਸ ਫੋਰਸ ਸਥਾਪਿਤ ਕਰਨ ਦੀ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜਿਹਨੂੰ ਯੂਪੀ ਕਹਿੰਦੇ ਨੇ ਬੇਟੇ ਅਸੀਂ ਉੱਥੇ ਯੋਗੇ ਦਿੱਤਿਆਨਾਥ ਦੀ ਸਰਕਾਰ ਹੈ ਔਰ ਯੋਗੇ ਨਥਿਆ ਦਿੱਤਿਆਨਾਥ ਜਿਹੜਾ ਹੈਗਾ ਉਹ ਬਹੁਤ ਫੰਡਾਮੈਂਟਲ ਕਿਸਮ ਦਾ ਇਨਸਾਨ ਹੈ ਜਿਹੜਾ ਮਤਲਬ ਸਮਝ ਲਓ ਕਿ ਭਾਜੀਪੀ ਦਾ ਵੀ ਜਿਹੜਾ ਅਗਲਾ ਫਾਇਰ ਬ੍ਰਾਂਡ ਆ ਉਹਨਾਂ ਦੇ ਵਿੱਚੋਂ ਜਿਹੜਾ ਚਾਰ ਕਦਮ ਟੋਟਲ ਨਿਜ਼ਾਮ ਜਿਹੜਾ ਇਸ ਵੇਲੇ ਸਰਕਾਰ ਚਲਾ ਰਿਹਾ ਕੇਂਦਰ ਦੇ ਵਿੱਚ ਉਹਦੇ ਨਾਲੋਂ ਵੀ ਅਗਾਹ ਦੀ ਸੋਚਣ ਵਾਲਿਆ ਬੰਦਿਆ ਚੋ ਵੜਿਆ ਲਿਖਿਆ ਆ ਪਰ ਯੋਗੀ ਏ ਯੋਗ ਤੇ ਜਦੋਂ ਲਿਆਕਤ ਰਲਦੇ ਨੇ ਤੇ ਜੇ ਉਹ ਸਿੱਧੇ ਰਾ ਤੁਰਪਨ ਤੋ ਉਹਦਾ ਵੀ ਮੁਕਾਬਲਾ ਕੋਈ ਨਹੀਂ ਜੇ ਪੁੱਠੇ ਰਾ ਤੁਰਪਨ ਉਹਦਾ ਵੀ ਮੁਕਾਬਲਾ ਕੋਈ ਨਹੀਂ ਸੋ ਉਹਨਾਂ ਨੇ ਇੱਕ ਯੂਪੀ ਸਪੈਸ਼ਲ ਪ੍ਰੋਟੈਕਸ਼ਨ ਪੁਲਿਸ ਇੱਕ ਬਣਾਈ ਏ ਜਿਹੜੀ ਮਤਲਬ ਕਿਆ ਜਾ ਰਿਹਾ ਕਿ ਯੋਗ ਵਿਦਾ ਡ੍ਰੀਮ ਪ੍ਰੋਜੈਕਟ ਏ ਯੋਗੀ ਦਾ ਪਰ ਡ੍ਰੀਮ ਕਿੱਡਾ ਖਤਰਨਾਕ ਆ ਉਹ ਸੋਚਣ ਵਾਲੀ ਗੱਲ ਐ ਉਹ ਜਿਹੜੀ ਸਪੈਸ਼ਲ ਪੁਲਿਸ ਬਣਾਈ ਗਈ ਏ ਉਹ ਕਿਸੇ ਦੇ ਵੀ ਘਰ ਬਿਨਾਂ ਕਿਸੇ ਵਾਰੰਟ ਤੋਂ ਜਦੋਂ ਚਾਹੇ ਜਿੱਥੇ ਚਾਹੇ ਤਲਾਸ਼ੀ ਲੈ ਸਕਦੀ ਹੈ ਜਦੋਂ ਚਾਹੇ ਜਿੱਥੇ ਚਾਹੇ ਬਿਨਾਂ ਕਿਸੇ ਆਦੇਸ਼ ਤੋਂ ਤਲਾਸ਼ੀ ਲੈਣ ਤੋਂ ਬਾਅਦ ਉਸ ਘਰ ਦੇ ਜੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਔਰ ਨਾਲ ਦੀ ਨਾਲ ਇਹ ਕਿ ਸਰਕਾਰ ਦੀ ਪ੍ਰਮਾਨਗੀ ਤੋਂ ਬਿਨਾ ਕੋਈ ਵੀ ਕਚਹਿਰੀ ਕੋਰਟ ਜਿਹੜੀ ਹੈਗੀ ਉਹ ਦਖਲ ਨਹੀਂ ਦੇ ਸਕਦੀ ਜੇ ਕੋਈ ਜਾ ਕੇ ਬੰਦਾ ਜਿਹਦਾ ਘਰ ਦਾ ਬੰਦਾ ਫੜਿਆ ਜਾਵੇ ਉਹ ਚਾਹੇ ਕਿ ਮੈਂ ਜਾ ਕੇ ਕੋਰਟ ਤੋਂ ਜਾ ਕੇ ਤੇ ਲੈ ਲਵਾਂ ਕੋਈ ਥੋੜੀ ਬੁਤੀ ਰਾਹਤ ਤਾਂ ਉਹਨਾਂ ਚ ਨਹੀਂ ਮਿਲ ਸਕਦੀ ਕੋਰਟ ਇੰਟਰਵਿਊ ਨਹੀਂ ਕਰ ਸਕਦੀ ਧਖਲ ਨਹੀਂ ਦੇ ਸਕਦੀ ਜਿੱਨਾਂ ਚਰ ਅ ਰੱਬ ਤੁਹਾਡਾ ਭਲਾ ਕਰੇ ਸਰਕਾਰ ਦੀ ਪ੍ਰਵਾਨਗੀ ਨਹੀਂ ਮਿਲਦੀ ਜੀ ਅੱਛਾ ਫਿਰ ਇੱਕ ਸਭ ਤੋਂ ਖਤਰਨਾਕ ਜਿਹੜੀ ਇਹਦੇ ਚ ਗੱਲ ਬਣੀ ਹੈ ਇਸ ਵਿਧਾਨ ਦੇ ਵਿੱਚ ਬਣੀ ਹੈ ਕਿ ਜਿਹੜਾ ਕੋਈ ਵੀ ਪ੍ਰਾਈਵੇਟ ਪਲੇਅਰ ਹੈ ਫਰਜ਼ ਕਰੋ ਕੋਈ ਮਲਟੀਨੈਸ਼ਨਲ ਕੰਪਨੀ ਹੈ ਜਾਂ ਕੋਈ ਨੈਸ਼ਨਲ ਕੰਪਨੀ ਹੈ ਜਾਂ ਕੋਈ ਅਮੀਰ ਜ਼ਾਇਦਾ ਹੈ ਉਹ ਉਸ ਸਪੈਸ਼ਲ ਪੁਲਿਸ ਫੋਰਸ ਦੀਆਂ ਸਰਵਿਸਿਜ਼ ਹਾਇਰ ਕਰ ਸਕਦਾ ਲੈਸ ਕਰਾਇ ਤੇ ਲੈ ਸਕਦਾ ਉਹ ਕਰਾਇ ਤੇ ਲੈ ਕੇ ਜਿਹੜੇ ਬੰਦੇ ਨਾਲ ਟਕਰਾਓ ਆ ਉਹਦੇ ਕਰ ਛਾਪਾ ਮਰਵਾ ਸਕਦਾ ਛਾਪਾ ਮਰਵਾ ਕੇ ਉਹਨੂੰ ਅਰੈਸਟ ਕਰਵਾ ਸਕਦਾ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਫਰਜ਼ ਕੀਤਾ ਅੰਦਾਜ਼ਾ ਲਾ ਲਓ ਵੀ ਐਵੇਂ ਆਪਣੇ ਵਾਸਤੇ ਮੰਨ ਲਓ ਕਿ ਕਿਸੇ ਇੰਡਸਟਰੀ ਦੇ ਵਿੱਚ ਕੋਈ ਡਿਸਪਿਊਟ ਹੈ ਲੇਬਰ ਨਾਲ ਡਿਸਪਿਊਟ ਹੈ ਕਾਰਖਰਾਨਦਾਰ ਆਪਣੀ ਫੀਸ ਤਾਰ ਕੇ ਤੇ ਯੂਪੀ ਦੀ ਜਿਹੜੀ ਉਹ ਖਾਸ ਸਪੈਸ਼ਲ ਪੁਲਿਸ ਹੈ ਉਹਨੂੰ ਉਹ ਹਾਇਰ ਕਰ ਲੈਂਦਾ ਕਿ ਫਲਾ ਬੰਦੇ ਨੇ ਮੇਰਾ ਆ ਨੁਕਸਾਨ ਕਰ ਦਿੱਤਾ ਇਸ ਵਾਸਤੇ ਉਹਨੂੰ ਫੜ ਕੇ ਲਿਆਓ ਉਹਦੇ ਵਿੱਚ ਕੋਈ ਜਾਰੀ ਦਖਲ ਨਹੀਂ ਦੇ ਸਕਦੀ ਸਰਕਾਰੀ ਪ੍ਰਵਾਨਗੀ ਬਿਨਾ ਇਹਦਾ ਮਤਲਬ ਇਹ ਆ ਕਿ ਕਿਸੇ ਵੀ ਥੈਲੇ ਸ਼ਾਹ ਦੇ ਕਹੇ ਦੇ ਉੱਤੇ ਕਿਸੇ ਵੀ ਗਰੀਬੜੇ ਨੂੰ ਕਦੋਂ ਵੀ ਨੱਪਿਆ ਜਾ ਸਕਦਾ ਇਹ ਰਿਸਪੈਕਟ ਟੂ ਕ੍ਰੀਡ ਕਾਸਟ ਐਂਡ ਕਲਰ ਜੇ ਫਰਜ਼ ਕੀਤਾ ਕਿਸੇ ਨੇ ਕੋਈ ਜਾਤੀ ਕਿੜਾ ਕੱਢਣੀਆਂ ਨੇ ਉਹਦੇ ਵਾਸਤੇ ਉਹ ਇੱਕ ਸ਼ਕਤੀशाली ਹੱਥਾ ਡੰਡਾ ਬਣ ਜਾਏਗਾ ਇਹਦਾ ਰੂਟੀਨ ਪੁਲਿਸ ਨਾਲ ਕਿਤੇ ਵੱਧ ਖਤਰਨਾਕ ਹੋਏਗਾ ਸੋ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਕਿ ਅਜੇ ਤੱਕ ਇਸ ਗੱਲ ਬਾਰੇ ਅੱਜ ਜੇ ਮੈਨੂੰ ਵੀ ਕਿਸੇ ਸੋਸ਼ਲ ਸਾਈਟ ਤੋਂ ਗੱਲ ਨਾ ਪਤਾ ਲੱਗਦੀ ਤਾਂ ਮੇਰੇ ਵਾਸਤੇ ਵੀ ਫਿਰ ਮੈਂ ਜਿਹੜੇ ਉੱਥੋਂ ਰਿਟਾਇਰ ਹੋ ਚੁੱਕੇ ਡੀਜੀਪੀ ਲੈਵਲ ਦੇ ਅਫਸਰ ਮੇਰੇ ਵਾਕਫ ਜਿਹੜੇ ਉਹਨਾਂ ਤੋਂ ਕਨਫਰਮ ਕੀਤਾ ਕਿ ਕਿਤੇ ਇਹ ਹਵਾਈ ਗੱਲ ਤਾਂ ਨਹੀਂ ਕਹਿੰਦੇ ਨੇ ਇਹ ਪਾਸ ਹੋ ਚੁੱਕਿਆ ਇਹ ਸੰਡੇ ਇਸ ਗੱਲ ਨੂੰ ਅਪਰੂਵਲ ਮਿਲੀ ਹੈ ਔਰ ਫਿਰ ਉਸੇ ਸਰਵਿੰਗ ਇੱਕ ਦੋ ਆਈਪੀਐਸ ਅਫਸਰ ਜਿਹੜੇ ਮੇਰੇ ਵਾਕਫ ਨੇ ਉਹਨਾਂ ਤੋਂ ਮੈਂ ਕਨਫਰਮ ਕੀਤਾ ਉਹਨਾਂ ਨੇ ਵੀ ਇਸ ਗੱਲ ਦੇ ਬਾਰੇ ਦੱਸਿਆ ਕਿ ਐਗਜ਼ੈਕਟਲੀ ਇਹੀ ਇਹਦਾ ਸਾਰਾ ਅੰਦਾਜ਼ ਹੋਣਾ ਉਹਦੇ ਨਾਲ ਕੋਈ ਸਵਾਲ ਕਰ ਸਕਦਾ ਨਾ ਜਵਾਬ ਪੁੱਛਣ ਦੀ ਲੋੜ ਹੈ ਕੱਖ ਨਹੀਂ ਹੋਣਾ ਹਾਂ ਇੱਕੋ ਹੀ ਗੱਲ ਹੈ ਵੀ ਜੇ ਕਿਸੇ ਦਾ ਘਰ ਦਾ ਜੀ ਚੁੱਕ ਕੇ ਲੈ ਜਾਣ ਪੁਲਿਸ ਵਾਲੇ ਤਾਂ ਸਿਰਫ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਉਹ ਜਾ ਕੇ ਆਪਣੀ ਅਰਜੀ ਦੇ ਕੇ ਐਫਆਈਆ ਦਰਜ ਕਰਾ ਸਕਦੇ ਆ ਇਹ ਗੰਸ਼ੁਦਗੀ ਦੀ ਰਿਪੋਰਟ ਲਖ ਸਕਦੇ ਆ ਇਹ ਦੁਬਾਰ ਕੱਖ ਨੇ ਜੀ ਔਰ ਇਹ ਇੱਕ ਪਾਇਲਟ ਪ੍ਰੋਜੈਕਟ ਮੈਂ ਮੰਨਦਾ ਇਸ ਗੱਲ ਨੂੰ ਕਿ ਇਸ ਪਾਇਲਟ ਪ੍ਰੋਜੈਕਟ ਨੇ ਅਲਟੀਮੇਟਲੀ ਪੂਰੇ ਮੁਲਕ ਤੇ ਲਾਗੂ ਹੋਣਾ ਹੈ ਜਿਹੜਾ ਪਿੱਛੇ ਆਪਾਂ ਅੱਜ ਖੇਤੀ ਤੇ ਮਾਮਲੇ ਚ ਪਿਆ ਹੋਇਆ ਇਹੀ ਗੱਲ ਪੂਰੇ ਮੁਲਕ ਦੇ ਵਿੱਚ ਜਦੋਂ ਜਾਏਗੀ ਤਾਂ ਭਾਰਤ ਜਨਤਾ ਪਾਰਟੀ ਵਾਸਤੇ ਉਹਦੀ ਸਫਾਈ ਜਿਹੜੀ ਹੋਰ ਔਕੇ ਹੋ ਜਾਏਗੀ ਜੀ ਸਰ ਮੇਰਾ ਅਗਲਾ ਸਵਾਲ ਹੈ ਕਿ ਨਾਭਾ ਦੇ ਕਾਂਗਰਸੀ ਪਰਿਵਾਰ ਦਾ ਪੁੱਤਰ ਜਗਦੀਪ ਸਿੰਘ ਨਿੱਕੂ ਜੋ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵਿਚਾਰ ਤੇ ਬੇਟੇ ਮੇਰੇ ਇਹੀ ਨੇ ਕਿ ਹਰ ਆਦਮੀ ਅੰਬੀਸ਼ਸ ਹੈ ਜੀ ਔਰ ਖਾਨਦਾਨੀ ਤੌਰ ਦੇ ਉੱਤੇ ਜੇ ਪੰਜਾਬ ਦੇ ਪ੍ਰਮੁੱਖ ਕਾਂਗਰਸੀ ਪਰਿਵਾਰ ਗੈਣਨੇ ਹੋਣ ਤਾਂ ਉਹਦੇ ਵਿੱਚ ਇਹ ਪਰਿਵਾਰ ਆਉਂਦਾ ਸਦਾ ਗੁਰਵਰਸ਼ਨ ਸਿੰਘ ਨਾਭਾ ਦਾ ਪਰਿਵਾਰ ਜਿਹੜਾ ਮਤਲਬ ਦੇਖ ਲਓ ਕਿ 1900 72 ਚ ਵੀ ਸਰਦਾਰ ਗੁਰਦਰਸ਼ਨ ਸਿੰਘ ਨੱਬਾ ਪੰਜਾਬ ਦੇ ਕੈਬਨਿਟ ਮਿਨਿਸਟਰ ਸਨ ਜਿਹਨਾਂ ਦੇ ਸੁਪੁੱਤਰ ਹੈ ਜਗਦੀਪ ਸਿੰਘ ਔਰ ਉਹਦਾ ਹੀ ਆਪਣਾ ਵੱਡਾ ਵੀਰ ਰਣਜੀਤ ਸਿੰਘ ਨੱਬਾ ਇਹਨੂੰ ਕਾਕਾ ਕਹਿੰਦੇ ਨੇ ਰਣਜੀਤ ਸਿੰਘ ਕਾਕਾ ਕਹਿੰਦੇ ਨੇ ਉਹ ਪਹਿਲਾਂ ਤਾਂ ਨਾਬੇ ਤੋਂ ਐਮਐਲਏ ਰਿਹਾ ਮਿਰਖਾ ਖੱਤ ਦੇ ਚਾਰਟਰਾਂ ਮਾ ਜੀ ਬਹੁਤ ਬ੍ਰਿੰਟ ਬ੍ਰਿਲੀਅੰਟ ਕਿਸਮ ਦਾ ਬਹੁਤ ਜ਼ਹੀਨ ਕਿਸਮ ਦਾ ਸਿਆਸਤਦਾਨ ਹੈ ਔਰ ਇਸ ਵਕਤ ਵੀ ਅਮਲੋ ਤੋਂ ਉਹ ਐਮਐਲਏ ਹੈ ਤੇ ਉਹਦਾ ਛੋਟਾ ਭਰਾ ਜੇ ਆਮ ਆਦਮੀ ਪਾਰਟੀ ਜਾਂਦਾ ਤਾਂ ਇਹ ਇਹ ਕਹਿ ਕੇ ਜਾਂਦਾ ਕਿ ਮੈਂ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹਾਂ ਤਾਂ ਗੱਲ ਸਮਝਾਉਣੀ ਚਾਹੀਦੀ ਹੈ ਕਿ ਨੀਤੀਆਂ ਤੋਂ ਦੁਖੀ ਸੀ ਤਾਂ ਭਾਈ ਬਾਕੀ ਟੱਬਰ ਵੀ ਤਾਂ ਉਸ ਨੀਤੀਆਂ ਦੇ ਨਾਲ ਇਲਾਜ ਕਰ ਰਿਹਾ ਉਹਨਾਂ ਨੀਤੀਆਂ ਨਾਲ ਹੀ 1970 ਕੱਤਰ ਤੋਂ ਚ ਕਰ ਰਿਹਾ 30 ਸਾਲ ਪਿਛਲੀ ਸਦੀ ਦੇ ਹੋ ਗਏ ਤੇ 20 ਸਾਲ ਐ ਸਦੀ ਦੇ ਹੋ ਗਏ ਕਿੰਨੇ ਸਾਲ ਬਣ ਗਏ 50 ਸਾਲ ਬਣ ਗਏ ਅੱਧੀ ਸਦੀ ਤਾਂ ਉਹਨਾਂ ਨੀਤੀਆਂ ਦੇ ਨਾਲ-ਨਾਲ ਤੁਸੀਂ ਕਹਿ ਕੇ ਲੰਗੇ ਹੋ ਤੇ ਹੁਣ ਨੀਤੀਆਂ ਤੁਹਾਨੂੰ ਆਮ ਆਦਮੀ ਪਾਰਟੀ ਚੰਗੇ ਲੱਗ ਲੱਗ ਗਈਆਂ ਜਾਂ ਤਾਂ ਉਹਦੇ ਵਿੱਚ ਕੋਈ ਜਾਤੀ ਟਕਰਾਅ ਆਪਸ ਤੇ ਪਰਿਵਾਰਕ ਹੈ ਯਾਦ ਵਿੱਚ ਕੋਈ ਲਾਲਚ ਵੱਡਾ ਕਿ ਤੁਹਾਨੂੰ ਅਸੀਂ ਅਗਲੀ ਵਾਰ ਕੰਟੈਸਟ ਕਰਵਾਵਾਂਗੇ ਆਵਾਜ਼ੀ ਪਾਰਟੀ ਵੱਲੋਂ ਸੋ ਇਹ ਆਪਣੇ ਆਪ ਦੇ ਜਿਹੜੇ ਇਸ ਕਿਸਮ ਦੇ ਜਿਹੜੇ ਸਿਧਾਂਤਕ ਵਖਰੇਵੇਂ ਆ ਦਾ ਇੱਕ ਪ੍ਰਚਾਰ ਤੇ ਪਸਾਰਿਆ ਉਹਦਾ ਚਰਚਾ ਜ਼ਿਆਦਾ ਹੁੰਦਾ ਹੈ ਗੱਲ ਵਿੱਚੋਂ ਕੱਢਣ ਪਾਉਣ ਨੂੰ ਹੋਰ ਹੁੰਦੀ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਗਦੀਪ ਸਿੰਘ ਨਿੱਕੂ ਦਾ ਆਵਾਜ਼ੀ ਪਾਰਟੀ ਜਾਣਾ ਜਿਹੜਾ ਹੈਗਾ ਉਹ ਜਿੱਦਾਂ ਮਰਜ਼ੀ ਮਰਜ਼ੀ ਗੇਨ ਮੰਨਣ ਪਰ ਜਿੰਨਾ ਵੱਡਾ ਉਸ ਤਬਰ ਦਾ ਪਰਛਾਵਾਂ ਆ ਏਡੀ ਵੱਡੀ 43 ਛਾਹ ਆ ਉਸ ਤੱਬਰ ਦੀ ਖਾਸ ਕਰਕੇ ਸਰਦਾਰ ਗੁਰਰਸ਼ਨ ਜਨਾਬ ਅੱਜ ਵੀ ਜੇ ਕੋਈ ਜਗ੍ਹਾ ਕਰਦਾ ਨਾ ਤਾਂ ਇੱਕ ਦਰਵੇਸ਼ ਸਿਆਸਤਾਂ ਦੇ ਰੂਪ 'ਚ ਹੀ ਕਰਦਾ ਇੱਕ ਚੰਗੇ ਇਨਸਾਨ ਦੇ ਰੂਪ 'ਚ ਹੀ ਕਰਦਾ ਔਰ ਨਦੀਪ ਬਾਰੇ ਵੀ ਕੋਈ ਨੈਗੇਟਿਵਿਟੀ ਕਿਦੋਂ ਮੈਂ ਸੁਣੀ ਨਹੀਂ ਅਜੇ ਤੱਕ ਨਹੀਂ ਸੁਣੀ ਮੈਨੂੰ ਵੀ ਉਹਨੂੰ ਵੇਖਦਿਆਂ ਭਾਵੇਂ ਮੇਰਾ ਜਾਨੂ ਸਿੱਧਾ ਨਹੀਂ ਹੈਗਾ ਪਰ ਮੈਨੂੰ ਉਹਨੂੰ ਬਾਤ ਕਰਦਿਆਂ ਲਗਭਗ 25-30 ਸਾਲ ਹੋ ਚਲੇ ਨੇ ਇੱਕ ਹਿੰਮਤੀ ਉਤਸ਼ਾਹੀ ਨੌਜਵਾਨ ਦੇ ਰੂਪ ਦੇ ਵਿੱਚ ਮੈਂ ਉਸ ਨੂੰ ਬਾਤ ਕੀਤਾ ਸਿਰਫ ਇੱਕ ਵਾਰ ਜਰੂਰ ਮੁਲਾਕਾਤ ਹੋਈ ਜਦੋਂ ਮੇਰੀ ਯੂਨੀਵਰਸਿਟੀ ਦੇ ਵਿੱਚ ਉਹ ਇੱਕ ਕਮੇਟੀ ਦੇ ਮੈਂਬਰ ਬਣ ਕੇ ਐਸਟੀਮੇਟ ਕਮੇਟੀ ਦੇ ਮੈਂਬਰ ਬਣ ਕੇ ਪੰਜਾਬ ਵਿਧਾਨ ਸਭਾ ਵੱਲੋਂ ਵਿਜ਼ਿਟ ਕੀਤਾ ਉਹਨਾਂ ਨੇ ਇਹ ਵੀ ਗੱਲ ਕੁਝ 12 13 ਸਾਲ ਪੁਰਾਣੀ ਹੈ ਸੋ ਉਹਦੇ ਸੰਜੀਲ ਜਾਕੜ ਵੀ ਸੀ ਇਹਨਾਂ ਦਾ ਕੰਡਕਟ ਜਿਹੜਾ ਸੀ ਬਿਹੇਵੀਅਰ ਸੀ ਜਿਹੜਾ ਉਸ ਕਮੇਟੀ ਦਾ ਉਹਦੇ ਵਿੱਚ ਰਣਦੀਪ ਦੀ ਜਿੰਨੀਆਂ ਵੀ ਗੱਲਾਂ ਸੀ ਸਾਰੀਆਂ ਬੜੀਆਂ ਇੱਕ ਐਨਾਲਿਟিক্যাল ਸੀ ਵਿਸ਼ਲੇਸ਼ਣੀ ਸੀ ਔਰ ਬੜੀਆਂ ਇੱਕ ਪ੍ਰੋ ਪੰਜਾਬ ਨੌਜਵਾਨ ਜਿਹੜੇ ਹਿੰਮਤੀ ਨੌਜਵਾਨ ਜਿਸ ਕਿਸਮ ਦੀ ਨੱਖਾਂ ਚਮਕ ਹੁੰਦੀ ਹੈ ਉਹਨਾਂ ਵਰਗਾ ਉਹਦਾ ਵਿਹਾਰ ਸੀ ਸੋ ਉਹਦੇ ਛੋਟੇ ਭਰਾ ਦਾ ਉਹਦੇ ਨਾਲੋਂ ਨਿਕੜ ਕੇ ਦੂਸਰੇ ਕਾਫਲੇ ਚ ਲੜਨਾ ਅਹ ਇਹ ਕੀ ਦੱਸ ਸਕਦੇ ਕਿ ਮਨਤਪਕ ਹੈ ਜੀ ਸਰ ਖਬਰ ਆਈ ਹੈ ਕਿ ਪੰਜਾਬ ਦੇ ਵਿਧਾਇਕ ਵੀ ਹੁਣ ਜੰਤਰ ਮੰਤਰ ਧਰਨੇ 'ਚ ਸ਼ਾਮਿਲ ਹੋਣਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਬੜਾ ਕਮਾਲ ਦਾ ਇਸ਼ੂ ਹੈ ਬੇਟੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਤਿੰਨ ਖਾਸ ਕਰਕੇ ਗੁਰਜੀਤ ਸਿੰਘ ਔਜਲਾ ਜੀ ਤੇ ਜਸਬੀਰ ਸਿੰਘ ਗਿੱਲ ਡਿੰਪਾ ਜਿਹੜਾ ਘਰੂਰ ਸਭ ਐਮਪੀ ਜੀ ਇਹਨਾਂ ਨੂੰ ਨਾਲ ਲੈ ਕੇ ਤੇ ਰਮਨੀਤ ਸਿੰਘ ਬਿੱਟੂ ਜਿਹੜੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਜੰਤਰ ਮੰਤਰ ਦੇ ਧਰਨਾ ਦੇਣਾ ਸ਼ੁਰੂ ਕੀਤਾ ਸੀ ਇਸ ਕਰਕੇ ਕਿ ਜੇ ਕਿਸਾਨ ਜਥੇਬੰਦੀਆਂ ਨਹੀਂ ਚਾਹੁੰਦੀਆਂ ਕਿ ਅਸੀਂ ਉਹਨਾਂ ਦੇ ਧਰਨਿਆਂ ਸ਼ਾਮਲ ਹੋਈਏ ਤਾਂ ਅਸੀਂ ਉਹਨਾਂ ਦੀ ਲੜਾਈ ਲੜਨ ਵਾਸਤੇ ਜੰਤਰ ਮੰਤਰ ਨੂੰ ਇੱਕ ਸੈਂਟਰ ਬਣਾ ਸਕਦੇ ਹਾਂ ਜਿੱਥੇ ਅਸੀਂ ਉਸ ਦਰਦ ਨੂੰ ਪੇਸ਼ ਕਰ ਸਕਦੇ ਹਾਂ ਜਿਹੜਾ ਦਰਦ ਕਿਸਾਨਾਂ ਦਾ ਦਰਦ ਹੈ ਅਸੀਂ ਉਸੇ ਤਰ੍ਹਾਂ ਨਾਲ ਹੀ ਉੱਥੇ ਰਾਤਾਂ ਕੱਟਾਂਗੇ ਦਿਨ ਰਾਤ ਉੱਥੇ ਬਾਰੀ-ਬਾਰੀ ਧਰਨਾ ਦੇਾਂਗੇ ਔਰ ਇੱਕੋ ਇੱਕ ਵਿਧਾਇਕ ਸੀ ਇਹਨਾਂ ਦੇ ਨਾਲ ਉਹ ਜਦੋਂ ਜਦੋਂ ਲੰਬੋ ਤੋਂ ਲੰਮਾ ਸਮਾਂ ਰਿਹਾ ਉੱਥੇ ਉਹ ਸੀਗਾ ਸਾਡਾ ਆਪਣਾ ਕੁਲਵੀਰ ਸਿੰਘ ਜੀਰਾ ਇੰਦਰਜੀਤ ਸਿੰਘ ਜੀਰੇ ਦਾ ਬੇਟਾ ਬਸ ਜੀਰੇ ਤੋਂ ਐਮਐਲਏ ਜੀ ਪਰ ਅੱਜ ਉਸ ਗੱਲ ਨੂੰ ਹੋਰ ਹਲਾਰਾ ਮਿਲਿਆ ਸ਼ਾਇਦ ਸੁਨੀਲ ਜਾਖੜ ਹੋਰਾਂ ਦੀ ਸਟੇਟਮੈਂਟ ਦਾ ਅਸਰ ਹੋਵੇ ਕਿਉਂਕਿ ਸੁਨੀਲ ਜਾਖੜ ਨੇ ਪਿਛਲੇ ਦਿਨਾਂ 'ਚ ਇਹ ਗੱਲ ਆਖੀ ਸੀ ਕਿ ਜਿਹੜਾ ਧਰਨਾ ਹੈ ਉਹ ਸਿਰਫ ਪੰਜਾਬ ਦੇ ਐਮਪੀ ਹੀ ਕਿਉਂ ਲਾਉਣ ਦੇ ਨਾਲੇ ਪੰਜਾਬੀਆਂ ਦਾ ਹੀ ਕਿਉਂ ਨੂੰ ਸ਼ੋਅ ਕੀਤਾ ਜਾਵੇ ਉਹਦੇ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਤੁਹਾਡੇ ਰਪਲਾ ਕਰੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਉਹ ਕਿਉਂ ਨਾ ਉੱਥੇ ਬੈਠਣ ਲੋੜ ਬਿੱਲ ਤਾਂ ਕੌਮੀ ਪੱਧਰ ਤੇ ਪਾਸ ਹੋਇਆ ਤੇ ਪੰਜਾਬ ਦੇ ਐਮਪੀਜ਼ ਦੇ ਉੱਥੇ ਇਕੱਲਿਆਂ ਦੇ ਬਹਿਣ ਨਾਲ ਇਹ ਪ੍ਰਭਾਵ ਜਾ ਰਿਹਾ ਕਿ ਪੰਜਾਬ ਦੀ ਹੀ ਲੜਾਈ ਹੈ ਪੰਜਾਬ ਵਰਸਸ ਦਿੱਲੀ ਬਣਦੇ ਖੇਡ ਸਾਰੀ ਜਦਕਿ ਗੱਲ ਇਸ ਤਰ੍ਹਾਂ ਨਾਲ ਹੈ ਨਹੀਂ ਅੱਜ ਜਦੋਂ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਫਰੀਦਕੋਟ ਤੋਂ ਮੈਂਬਰ ਪੰਜਾਬ ਐਸੈਂਬਲੀ ਨੇ ਕਿੱਕੀ ਢਿੱਲੋਂ ਜਿਹਨਾਂ ਨੂੰ ਕਹਿੰਦੇ ਨੇ ਉਹ ਵੀ ਗਏ ਨੇ ਉੱਥੇ ਤੇ ਫਤੇਜੰਗ ਸਿੰਘ ਬਾਜਵਾ ਜਿਹੜੇ ਸਾਡੇ ਐਮਐਲਏ ਨੇ ਇਥੋਂ ਕਾਦੀਆਂ ਤੋਂ ਕਾਦੀਆਂ ਤੋਂ ਹਾਂ ਔਰ ਇਹ ਆਪਣਾ ਕੁਲਵੀਰ ਸਿੰਘ ਜ਼ੀਰਾ ਵੀ ਫਿਰ ਨਾਲ ਹੀ ਸੀ ਉਹਨਾਂ ਦੇ ਇਹ ਤਿੰਨੇ ਜਣੇ ਗਏ ਨੇ ਤੇ ਉਹਦੇ ਨਾਲ ਬੜਾ ਹੁਲਾਰਾ ਮਿਲਿਆ ਉਸ ਮੋਰਚੇ ਨੂੰ ਔਰ ਖਾਸ ਕਰਕੇ ਜਿਹੜੀ ਗੱਲ ਉੱਸਰ ਕਿ ਆਉਂਦੀ ਹੈ ਕਿ ਉਹ ਇਹੀ ਆਉਂਦੀ ਹੈ ਕਿ ਜਿਹੜੀ ਸਾਡੀ ਪੋਲਿਟিক্যাল ਲੀਡਰਸ਼ਿਪ ਹੈ ਉਹ ਪੈਰ ਤਾਂ ਧਰਦੀ ਹੈ ਥੋੜਾ ਥੋੜਾ ਧਰਤੀ ਤੇ ਲਾਉਂਦੀ ਹੈ ਪਰ ਉਹ ਸੰਗਠਿਤ ਪ੍ਰਭਾਵ ਨਹੀਂ ਸਿਰਜ ਸਕਦੀ ਜਿੰਨਾ ਚਿਰ ਉਸ ਨੂੰ ਜਥੇਬੰਦਕ ਨਿظام ਤੋਂ ਪੂਰੀ ਸਪੋਰਟ ਨਾ ਮਿਲੇ ਸੋ ਇਸ ਕਿਸਮ ਦੀ ਜਿਹੜੀ ਗੱਲ ਉਹਨੇ ਆਪਣੇ ਨੇ ਕੀਤੀ ਸੁਨੀਲ ਜਾਖੜੋਰਾ ਨੇ ਉਹਦਾ ਅਸਰ ਹੀ ਇਸ ਰੂਪ ਚ ਪੈ ਰਿਹਾ ਮੈਂ ਸਮਝਦਾ ਕਿ ਇਹ ਉਹਦਾ ਹੀ ਪ੍ਰਭਾਵ ਹੈ ਕਿ ਸਾਡੇ ਤਿੰਨ ਐਮਐਲਏ ਅੱਜ ਉਸ ਮੰਤਰੀ ਮੰਤਰ ਵਾਲੇ ਧਰਨੇ ਦੇ ਵਿੱਚ ਜਾ ਕੇ ਸ਼ਾਮਲ ਹੋਏ ਹੈ ਜੀ ਸਰ ਜੀ ਵੇ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੋ ਦੇ ਪਾਲੇ ਦੇ ਵਿੱਚ ਹੱਡਾਂ ਨੂੰ چیرਦੀ ਠੰਡ ਦੇ ਬਾਵਜੂਦ ਕਿਸਾਨ ਦਿੱਲੀ ਦੇ ਵਿੱਚ ਆਪਣੇ ਹੱਕਾਂ ਦੀ ਖਾਤਰ ਡਟੇ ਬੈਠੇ ਨੇ ਤੇ ਹੁਣ ਬਾਲਣ ਦੀਆਂ ਟਰਾਲੀਆਂ ਵੀ ਜਾਣ ਲੱਗੀਆਂ ਨੇ ਉੱਥੇ ਭੇਜੀਆਂ ਜਾ ਰਹੀਆਂ ਨੇ ਇਸ ਠੰਡ ਨੂੰ ਨਜਿੱਠਣ ਲਈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਬਾਲਣ ਦੀਆਂ ਟਰਾਲੀਆਂ ਕਿੱਥੋਂ ਜਾ ਰਹੀਆਂ ਨੇ ਤੇ ਕੌਣ ਭੇਜ ਰਿਹਾ ਇਹਨਾਂ ਨੂੰ ਮੈਨੂੰ ਤੇ ਲੱਗਦਾ ਹਰ ਪਿੰਡ ਤੋਂ ਬਿੜੇ ਜਾ ਰਹੀਆਂ ਨੇ ਉਹ ਪਿੰਡਾਂ ਦੇ ਵਾਰੀਆਂ ਬੰਦ ਲੀਆਂ ਨੇ ਔਰ ਖਾਸ ਕਰਕੇ ਅੱਜ ਹੀ ਮੇਰੀ ਗੱਲ ਹੋ ਰਹੀ ਸੀ ਗੁਰਪ੍ਰੀਤ ਸਿੰਘ ਬਿੱਲਾ ਨੌਜਵਾਨ ਸਿੰਗਰ ਪੰਜਾਬੀ ਦਾ ਉਹ ਮੇਰੇ ਖਿਆਲ ਪੰਜਵੀਂ ਕ ਚੌਥੀ ਟਰਾਲੀ ਲੈ ਕੇ ਸਵੇਰੇ ਉਹਨੇ ਚੱਲਣਾ ਚਾਰ ਟਰਾਲੀਆਂ ਪਹਿਲਾਂ ਆਲਰੇਡੀ ਛੱਡ ਗਿਆ ਛੱਡ ਕੇ ਆਇਆ ਕੁੜਾਣੀ ਪਿੰਡ ਉਹਦਾ ਲੁਧਾਨੀ ਜ਼ਿਲ੍ਹੇ ਦੇ ਵਿੱਚ ਐਸੀ ਤਰ੍ਹਾਂ ਨਾਲ ਹੀ ਮੈਨੂੰ ਸੂਚਨਾ ਮਿਲੀ ਹੈ ਕਪੂਰਥਲੇ ਤੋਂ ਇਹ ਸੁਲਤਾਨਪੁਰ ਲੋਧੀ ਏਰੀਆ ਚੋਂ ਵੀ ਦੋ ਤਿੰਨ ਟਰਾਲੀਆਂ ਦੋਸਤ ਲੈ ਕੇ ਗਏ ਨੇ ਐਂ ਜੀ ਪਤਾ ਲੱਗਾ ਤਰਨਤਾਰਨ ਤੋਂ ਬਾਲਣ ਲੈ ਕੇ ਕਿਉਂਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉੱਥੇ ਨੇੜੇ-ਨੇੜੇ ਬਾਲਣ ਹੈ ਨਹੀਂ ਪਰੇ ਵੀ ਜਿੱਥੇ ਕੱਚਾ ਲੱਕੜ ਨੇ ਬੜਨਾ ਉਥੇ ਲੱਕੜ ਨੇ ਬੜਨਾ ਔਰ ਜਿੰਨੀ ਜ਼ਰੂਰਤ ਜਿੰਨੀ ਬਸੋਂ ਉਥੇ ਗਈ ਹੋਈ ਹੈ ਜਿੱਨੇ ਸਾਡੇ ਭਾਈਚਾਰਾ ਗਿਆ ਹੋਇਆ ਉਥੇ ਔਰ ਮੋਟਰ ਜੇ ਐਸਟੀਮੇਟ ਜੇ ਮੈਂ ਅਨਕਨਫਰਮਲੀ ਮੈਂ ਮੰਨਦਾ ਉਹ 30 ਲੱਖ ਤੋਂ ਉੱਤੇ ਗਿਣਤੀ ਹੋ ਚੁੱਕੀ ਹੈ ਹੁਣ ਤੱਕ ਜਿਹੜੇ ਵੱਖ-ਵੱਖ ਪੋਰਚਿਆਂ ਤੇ ਸਾਰੇ ਪਾਸੇ ਚਾਹੇ ਉਹ ਸਿੰਘੂ ਬਾਰਡਰ ਹੈ ਚਾਹੇ ਟਿਕਰੀ ਹੈ ਚਾਹੇ ਪਰੇ ਚਿੱਲਾ ਜਾਂ ਗਾਜ਼ੀਪੁਰ ਹੈ ਜਾਂ ਪਰੇ ਬਲ ਬਲਵਲ ਹੈ ਇਆ ਇੱਕ ਹੋਰ ਬਾਰਡਰ ਦਾ ਨਾਮ ਜਿਹਦਾ ਮੈਨੂੰ ਨਹੀਂ ਚੇਤਾ ਰਿਹਾ ਇਸ ਵੇਲੇ ਉਹ ਸਾਰੇ ਜਿਹੜੇ ਬਾਰਡਰ ਤੇ ਗਿਣਤੀ ਜਿਹੜੀ ਉਹ 30 ਲੱਖ ਤੋਂ ਕਰੀਬ ਪਹੁੰਚ ਗਈ ਔਰ ਕੱਲ 50 ਹਜ਼ਾਰ ਬੰਦਾ ਹੋਰ ਮਹਾਰਾਸ਼ਟਰ ਦੇ ਉੱਤੇ ਲਿਆ ਹੋਏ ਉਹ ਨਹੀਂ ਪਹੁੰਚ ਜਾਣਾ ਜੇ 50 ਹਜ਼ਾਰ ਬੰਦਾ ਜਿਵੇਂ ਅੱਜ ਮੈਨੂੰ ਸੀਪੀਆਈ ਦੇ ਕੁਝ ਦੋਸਤਾਂ ਨੇ ਦੱਸਿਆ ਕਿ ਉਹ ਆਲ ਇੰਡੀਆ ਕਿਸਾਨ ਸਭਾ ਦੇ ਬਹੁਤ ਸਾਰੇ ਮੈਂਬਰਸ ਨੇ ਜਿਹੜੇ ਐਨ ਮਤਲਬ ਤਿਆਰੀ ਨਾਲ ਉੱਥੋਂ ਆ ਰਹੇ ਨੇ ਔਰ ਉਹ ਵੀ ਐਸੇ ਉਤਸ਼ਾਹ ਦੇ ਚਾਹ ਨਾਲ ਆ ਰਹੇ ਨੇ ਕਿ ਅਸੀਂ ਉੱਥੇ ਜਾ ਕੇ ਟਿਕਣਾ ਤੇ ਜੇ ਇਸ ਨਾਲ ਬਾਕੀ ਸੂਬਿਆਂ ਨੂੰ ਆਉਣ ਲੱਗੇ ਤੇ ਇਹ ਤਾਂ ਉੱਥੇ ਕੁਰਬਲ ਕੁਰਬਲ ਹੋਏਗੀ ਤੇ ਸਾਰੀਆਂ ਲੋੜਾਂ ਜਿਹੜੀਆਂ ਫਿਜ਼ੀਕਲ ਨੀਡਸ ਨੇ ਉਹ ਜਿੰਨੀ ਸਪਲਾਈ ਪੰਜਾਬ ਵਾਲੇ ਪਾਸੇ ਹੋ ਰਹੀ ਐਨੀ ਬਾਕੀ ਪਾਸੇ ਨਹੀਂ ਹੋ ਰਹੀ ਜੀ ਔਰ ਉਹਦਾ ਕਾਰਨ ਕੀ ਹੈ ਕਾਰਨ ਇਹ ਆ ਕਿ ਜਿਵੇਂ ਕੱਲ ਹੀ ਖਾਪ ਰਿਆ ਸੀ ਆਪਣਾ ਰਕੇਸ਼ ਕੈਤ ਖਾਪ ਰਿਆ ਸੀ ਉਹ ਗੱਲ ਕਰ ਰਿਆ ਸੀ ਆਪਣੇ ਭਾਈਚਾਰੇ ਨਾਲ ਕਿ ਜੇ ਤੁਸੀਂ ਦੁੱਧ ਵੀ ਵੇਚੀ ਤੁਰੇ ਜਾਣਾ ਤੇ ਨਾ ਮੋਰਚਾਂ ਚ ਆਪਣਾ ਹਿੱਸਾ ਹੀ ਨਹੀਂ ਪਾਉਣਾ ਤੇ ਤੁਸੀਂ ਤੁਹਾਡੇ ਹਿੱਤਾਂ ਦੀ ਲੜਾਈ ਕੌਣ ਲੜੇਗਾ ਗਵਾਲਿਓ ਉਹ ਜਿਹੜੇ ਪਸ਼ੂ ਪਾਲਣ ਵਾਲੇ ਦੋਸਤ ਨੇ ਉਹਨਾਂ ਨੂੰ ਗਵਾਲੇ ਕਹਿੰਦੇ ਨੇ ਨਾ ਉਹਦੇ ਵਿੱਚ ਆਪਣੇ ਯੂਪੀ ਦੇ ਵਿੱਚ ਉਹ ਕਹਿੰਦੇ ਪੰਜਾਬ ਦੀਆਂ ਤਾਂ ਉੱਥੇ ਦੁੱਧੀਆਂ ਨਰੀਆਂ ਵਗੀਆਂ ਨੇ ਦੁੱਧ ਉੱਥੇ ਮਤਲਬ ਰਾਗੀ ਨਾਲੋਂ ਵੀ ਪੜਾ ਪੜਾ ਕੇ ਉਹਨਾਂ ਨੇ ਕਮਲੇ ਕਰਤਾ ਤੇ ਤੁਸੀਂ ਮਤਲਬ ਤੁਸੀਂ ਆਪਣਾ ਦੁੱਧ ਵੇਚਣ ਤੇ ਲੱਗੇ ਹੋ ਸਾਰਾ ਤੁਹਾਡੀ ਪਾਰਟਿਸਪੇਸ਼ਨ ਉਸ ਲੈਵਲ ਦੀ ਨਹੀਂ ਹੈਗੀ ਜਿਸ ਲੈਵਲ ਦੀ ਪੰਜਾਬੀਆਂ ਦੀ ਹੈ ਜਾਂ ਹਰਿਆਣੇ ਵਾਲਿਆਂ ਦੀ ਸੋ ਮੈਨੂੰ ਲੱਗਦਾ ਕਿ ਜਿਹੜਾ ਇਸ ਕਿਸਮ ਦਾ ਇੱਕ ਫਲੋ ਵਧ ਰਿਹਾ ਉੱਥੇ ਪਾਪੂਲੇਸ਼ਨ ਦਾ ਉਹਦੇ ਵਾਸਤੇ ਇਕੱਲਾ ਬਾਲਣ ਹੀ ਨਹੀਂ ਉੱਥੇ ਬਾਕੀ ਫੈਸਿਲਿਟੀਆਂ ਵੀ ਹੁਣ ਜਿਵੇਂ ਪੂਰਾ ਇੱਕ ਟਰੱਕ ਲੱਦ ਕੇ ਕੱਲ ਸਾਮਾਨ ਦਾ ਇਹ ਜਸਵਿੰਦਰ ਭੱਲਾ ਔਰ ਬਾਲਮਕੰਦ ਸ਼ਰਮਾ ਉਹ ਦੇ ਕੇ ਆਏ ਨੇ ਉੱਥੇ ਜਾ ਕੇ ਉਹਨਾਂ ਐਨਆਰਆਈਜ਼ ਵੱਲੋਂ ਜਿਹੜੇ ਉਹਨਾਂ ਦੇ ਕਲਾਸ ਫੈਲੋ ਨੇ ਜਾਂ ਸੀਨੀਅਰਜ਼ ਨੇ ਜਿਨੇ ਡਾਕਟਰ ਗੁਲਜ਼ਾਰ ਸਿੰਘ ਬਿਲਿੰਗ ਨੇ ਉੱਥੋਂ ਸਰੀ ਤੋਂ ਉਹਨਾਂ ਨੇ ਭੇਜੀ امدਾਦ ਭੇਜੀ ਇਸੇ ਤਰ੍ਹਾਂ ਹੀ ਵਿਕਟੋਰੀਆ ਤੋਂ ਸਾਡੇ ਦੋਸਤ ਨੇ ਸੰਜੀਵ ਆਲੂ ਵਾਲੀ ਡਾਕਟਰ ਸੰਜੀਵ ਆਲੂ ਵਾਲੀ ਆ ਉਹਨਾਂ ਨੇ ਇੱਕ ਕਿਸੇ ਹੋਰ ਦੋਸਤ ਰਾਹੀਂ ਹੈਲਪ ਭੇਜੀ ਹੈ ਸੁਖਵਿੰਦਰਪਾਲ ਸਿੰਘ ਨੇ ਉੱਥੇ ਵੈਨਕੂਵਰ ਤੋਂ ਉਹਨਾਂ ਨੇ ਕੁਝ ਮਦਦ ਕੀਤੀ ਇਹਨਾਂ ਦੀ ਔਰ ਇਹ ਸਾਰੇ ਉੱਥੇ ਨਾਲੇ ਪਾਰਟਿਸਪੀਸ਼ਨ ਕਰਕੇ ਆਏ ਨੇ ਨਾਲ ਦੇ ਨਾਲ ਸਮਾਨ ਛੱਡ ਕੇ ਆਏ ਨੇ ਉਹ ਹੁਣ ਉੱਥੇ ਟੂਥਪੇਸਟ ਸਾਬਣ ਤੌਲੀਏ ਬੂਟ ਜਰਾਬਾਂ ਕੰਬਲ ਲੋਈਆਂ ਮਫਲਰ ਇਹ ਮਟੀਰੀਅਲ ਕਿੰਨਾ ਚਾਹੀਦਾ ਉੱਥੇ ਤੁਸੀਂ ਅੰਦਾਜ਼ੇ ਲਾ ਸਕਦੇ ਕਿਉਂਕਿ ਠੰਡ ਦੇ ਵਿੱਚ ਤਾਂ ਹਰ ਬੰਦੇ ਨੂੰ ਲੋੜ ਆ ਨਾ ਤੇ ਫਿਰ ਹਰ ਬੰਦੇ ਦੇ ਧੋਣ ਵਾਸਤੇ ਪ੍ਰਬੰਧ ਵੀ ਹੈ ਨਹੀਂ ਉੱਥੇ ਉਹ ਵੀ ਲੋਕ ਜਿਹੜੇ ਸਥਾਨਕ ਲੋਕ ਮਦਦ ਤੇ ਕਰ ਰਹੇ ਨੇ ਬਹੁਤ ਸਾਰੇ ਪਰ ਇਹਦੇ باوجود ਜਿਹੜੀ ਇੱਥੋਂ ਦੀਆਂ ਜਿਹੜੀਆਂ ਨੀਡਸ ਨੇ ਹੁਣ ਕੱਲ ਜਿਵੇਂ ਰਾਤੀ ਉੱਥੇ ਗੜੇ ਪੈ ਗਏ ਹੁਣ ਗੜੇ ਪੈਣ ਨਾਲ ਜਿਹੜੀ ਠੰਡ ਵਧਣੀ ਹੈ ਉਹਨੂੰ ਹੋਰ ਵੱਧ ਲੀਡਿਆਂ ਦੀ ਲੋੜ ਪੈਣੀ ਕੱਪੜੇ ਲੋੜ ਪੈਣੀ ਹੈ। ਜੀ। ਔਰ ਟਰਾਲੀਆਂ ਦੇ ਉੱਤੇ ਬਹੁਤ ਸਾਰੀਆਂ ਟਰਾਲੀਆਂ ਦੇ ਉੱਤੇ ਤਰਪਾਲਾਂ ਵੀ ਜਿਹੜੀਆਂ ਨੇ ਉਹ ਵੀ ਦੇਸੀ ਪਈਆਂ ਹੋਈਆਂ ਨੇ ਜਿਹੜੀਆਂ ਬੋਰੀਆਂ ਆਪਣੀਆਂ ਖਾਦ ਵਾਲੀਆਂ ਬੋਰੀਆਂ ਹੁੰਦੀਆਂ ਨਾ ਉਹ ਉਸੇ ਉਸੇ ਹੋ ਕੇ ਪਈਆਂ ਨੇ। ਹੁਣ ਉਹ ਮਤਲਬ ਵਿੱਚ ਦੀ ਪਾਣੀ ਵਿਚੋਣਾ ਹੈ ਪਾਣੀ ਵਿਚੋਣਾ ਥੱਲੇ ਵਾਲੀ ਲੀ ਲੀ ਭਜਣੇ ਆ। ਜੀ। ਤੇ ਉਹ ਸਾਰਾ ਸੰਕਟ ਜਿਹੜਾ ਬਣਨਾ ਹੈ ਉਹਨਾਂ ਲੋਕਾਂ ਨੂੰ ਉਹਨੂੰ ਬਿਮਾਰ ਵੀ ਕਰਨਾ ਹੈ। ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਸ ਜੁੜੀਆਂ ਹੋਈਆਂ ਨੇ ਤੇ ਮੈਨੂੰ ਲੱਗਦਾ ਕਿ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਗੱਲਾਂ ਦਾ ਖਿਆਲ 휴ਮਨਿਟੇਰੀਅਨ ਐਂਗਲ ਤੋਂ ਖਿਆਲ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਸਰਕਾਰ ਜਿਹੜੀ ਹੁੰਦੀ ਹੈ ਉਹ ਮਾਈ ਬਾਪ ਵੀ ਹੁੰਦੀ ਹੈ ਤੇ ਮਾਈ ਬਾਪ ਜੇ ਮਾਂ ਤੇ ਪਿਓ ਨੂੰ ਵੀ ਫਿਕਰ ਆਪਣੀ ਪ੍ਰਜਾ ਦਾ ਨਹੀਂ ਰਿਹਾ ਤਾਂ ਨਹੀਂ ਹੈਗਾ ਤਾਂ ਉਹਦਾ ਹੌਕਾ ਜਿਹੜਾ ਹੈਗਾ ਉਹ ਦਰਦਮੰਦਾਂ ਦੀਆਂ ਹੀ ਅੰਬਰ ਨੂੰ ਵੀ ਕਾਲਾ ਕਰ ਦਿੰਦੀਆਂ ਨੇ ਇਸ ਕਰਕੇ ਹੌਕੇ ਤੋਂ ਬਚਣਾ ਚਾਹੀਦਾ ਔਰ ਇਸ ਨੂੰ ਡਾਇਲੌਗ ਨੂੰ ਤੋਰ ਕੇ ਅੱਗੇ ਜਿਥੇ ਬੰਦੀਆਂ ਨਾਲ ਗੱਲਬਾਤ ਕਰਕੇ ਜਿਹੜਾ ਉਹਦਾ ਵਾਜਬ ਹੱਲ ਹੈ ਇਹ ਕਾਨੂੰਨ ਐਡਾ ਕੋਈ ਲੋਹੇ ਦਾ ਥਾੜ ਨਹੀਂ ਹੁੰਦਾ ਕਿ ਉਹਨੂੰ ਚੋਇਆ ਨਹੀਂ ਜਾ ਸਕਦਾ ਕਾਨੂੰਨ ਕਿਦੇ ਵਾਸਤੇ ਆ ਕਾਨੂੰਨ ਲੋਕਾਂ ਵਾਸਤੇ ਆ ਜਿਹੜਾ ਕਿਸਾਨ ਵਾਸਤੇ ਕਾਨੂੰਨ ਆ ਤੁਹਾਡੀ ਤੁਸੀਂ ਉਹ ਸੌਦਾ ਵੇਚਦੇ ਕਿਉਂਗਾ ਲੈਣ ਨੂੰ ਤਿਆਰ ਨਹੀਂ ਅਗਲਾ ਤੁਸੀਂ ਉਹ ਗੱਡੇ ਨੂੰ ਤੁਸੀਂ ਕਹਿ ਦੋ ਬੇਸ ਤਾਂ ਇਹਨੂੰ ਅਮਰੂਤੀ ਵਾਲਾ ਇੰਜਣ ਲਾਉਣਾ ਲੱਗ ਜਾਏਗਾ ਨਹੀਂ ਪੋਸੀਬਲ ਜੀ ਜੀ ਉਹ ਕਹਿੰਦੇ ਸਾਡਾ ਸੋਸ਼ਲ ਫੈਬਰਿਕ ਸਾਰਾ ਡੋਲਦਾ ਸਾਨੂੰ ਗੱਲਾਂ ਇਹ ਗਰੰਟੀ ਕਰ ਦਿਓ ਜਦਕਿ ਇੱਕ ਇਹ ਵੀ ਵਿਚਾਰਤ ਅਵਸਰ ਕਿ ਆ ਰਹੀ ਹੈ ਕਿ ਜੇ ਫਰਜ਼ ਕੀਤਾ ਐਮਐਸਬੀ ਮਿਲ ਜਾਂਦੀ ਉਹ ਪੰਜਾਬ ਵਿੱਚ ਪਹਿਲੇ ਮਿਲ ਰਹੀ ਹੈ ਤਿੰਨੇ ਕਾਨੂੰਨ ਵੀ ਰੱਦ ਹੋ ਜਾਂਦੇ ਨੇ ਤੇ ਸਾਡੇ ਕਿਸਾਨ ਦੀ ਜਿਹੜੀ ਫੇਟ ਹੈ ਕਿਸਮਤ ਹੈ ਉਹ ਤੇ ਬੇਟੇ ਫਿਰ ਨਾ ਸੌਰੀ ਉਹ ਸੰਵਾਰਨ ਦੇ ਰਾਤ ਤੁਰਨ ਵਾਸਤੇ ਸਾਨੂੰ ਇਹਨਾਂ ਨੂੰ ਚਾਹੀਦਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੇ ਰეკਮੈਂਡੇਸ਼ਨਸ ਸਿਫਾਰਸ਼ਾਂ ਨੇ ਉਹ ਲਾਗੂ ਕੀਤੀਆਂ ਜਾਣ ਉਹ ਲਾਗੂ ਹੋਣ ਨਾਲ ਸਾਡੀ ਜਿੰਸ ਦਾ ਪੂਰਾ ਮੁੱਲ ਮਿਲੇਗਾ ਤਾਂ ਹੀ ਤੇ ਫਾਰਮਰਸ ਨੇ ਕਿਹਾ ਨਾ ਇੱਕ ਨਾਰਾ ਨਮਕੜਿਆ ਕਿ ਸਾਨੂੰ ਦਾਣ ਨਹੀਂ ਧਾਮ ਚਾਹੀਦਾ ਜੀ ਸਾਨੂੰ ਆਪਣੀ ਕਿਰਤ ਦਾ ਆਪਣੀ ਉਪਜ ਦਾ ਪੂਰਾ ਮੁੱਲ ਮੇਲੇ ਤਾਂ ਵੀ ਨਹੀਂ ਸੀ ਮਰਦੇ ਉਹਦੇ ਤੇ ਤੁਸੀਂ ਠੂੰਗਾ ਮਾਰੀ ਜਾਂਦੇ ਹੋ ਤਕਰੀਜ਼ ਪੂਰਾ ਤੋਲਦੇ ਨਹੀਂ ਜੇ ਸਾਡੀ ਜਿੰਨੀ ਜਿੰਨੀ ਲਾਗਤ ਆਉਂਦੀ ਹੈ ਲਾਗਤ ਵਿੱਚ ਸਾਡੇ ਕਿਰਤ ਦਾ ਮੁੱਲ ਪਾ ਲਿਆ ਜਾਵੇ ਤਾਂ ਸਸੀਂ ਅਸੀਂ ਫਿਰ ਵੀ ਸਾਹ ਲੈਣ ਚੋ ਗਿਆ ਜਾਂਦੇ ਆ ਜੀ ਉਹਦੇ ਤੇ ਸਾਨੂੰ ਠੂੰਗਾ ਮਾਰ ਕੇ ਤੁਸੀਂ ਆਪਣੇ ਪਾਸੇ ਨੂੰ ਸ਼ਬੋਲ ਟਾਲ ਲਿੰਦੇ ਹੋ ਵਪਾਰੀ ਨੂੰ ਜ਼ਖੀਰੇਦਾਰ ਨੂੰ ਜ਼ਾਰੇਦਾਰ ਨੂੰ ਹੋਰ ਆਜ਼ਾਦ ਕਰ ਦਿੱਤਾ ਕਿਸੇ ਵੇਲੇ ਕਿਸੇ ਵੇਲੇ ਇਸ ਗੱਲ ਦੇ ਉੱਤੇ ਹੱਤਕੜੀਆਂ ਲੱਗੀਆਂ ਪੰਜਾਬ ਦੇ ਵਿੱਚ ਲੋਕਾਂ ਨੂੰ ਜੀ ਕਿ ਅਸੀਂ ਨਹੀਂ ਕਰਨ ਦੇਣੀ ਜ਼ਾਰੇਦਾਰੀ ਕਹੀ ਨਹੀਂ ਨਹੀਂ ਕਰਨ ਦੇਣੀ ਜ਼ਖੀਰੇਬਾਜ਼ੀ ਲੁਧਿਆਣੇ ਦੀ ਮੈਨੂੰ ਗੱਲ ਯਾਦ ਆਉਂਦੀ ਏ ਜਦੋਂ ਧਰਮਵੀਰ ਗਵਰਨਰ ਸੀ ਪੰਜਾਬ ਦੇ 6688 ਦੇ ਵਿੱਚ ਔਰ ਗਵਰਨਰ ਰਾਜ ਸੀ ਉਹਨਾਂ ਨੇ ਇੱਥੇ ਕਈ ਜ਼ਖੀਰੇਬਾਜ਼ਾਂ ਦੇ ਮੂੰਹ ਕਾਲੇ ਕਰਕੇ ਜਲੂਸ ਕੱਢੇ ਇੱਥੇ ਜਦੋਂ ਮੈਂ 171 ਚੁਲ੍ਹਿਆਂ ਨੇ ਆਇਆ ਤੇ ਮੈਨੂੰ ਦੱਸਿਆ ਗਿਆ ਕਿ ਇਹ ਫਲਾਣਾ ਬੰਦਾ ਇਹਦਾ ਮੂੰਹ ਕਾਲਾ ਕੀਤਾ ਸੀ ਕਿਉਂਕਿ ਜ਼ਖੀਰੇਬਾਦ ਸੀ ਇਹ ਲੋਕਾਂ ਨੂੰ ਅਧிகਾਰਤ ਕੀਤਾ ਗਿਆ ਸੀ ਪਿੱਕਿੰਗ ਕਰ ਉਹਨਾਂ ਦੇ ਘਰਾਂ ਦੇ ਬਾਹਰ ਜਿਨ੍ਹਾਂ ਨੇ ਆਪ ਕੋ ਆਪਣੇ ਗਦਾਮਾਂ ਦੇ ਵਿੱਚ ਸਮਾਨ ਲੁਕਾ ਕੇ ਰੱਖਿਆ ਹੋਇਆ ਤੇ ਉਹ ਲੋੜਵੰਦ ਨੂੰ ਨਹੀਂ ਨਹੀਂ ਵੇਚ ਰਹੇ ਜੀ ਜਦੋਂ ਥੋੜ ਪਿਆਦਾ ਹੋਈ ਕੁਦਰਤੀ ਗੱਲ ਕੀਮਤਾਂ ਵਧਣੀਆਂ ਨੇ ਤੇ ਅਸੀਂ ਅੱਜ ਥੋੜਾਂ ਵਾਲਿਆਂ ਨੂੰ ਕਾਨੂੰਨਨ ਰੱਖਦੇ ਅਧਿਕਾਰ ਦੇ ਰਹੇ ਆ ਆ ਯੂਪੀ ਨੇ ਨਵਾਂ ਕੰਮ ਕਰਤਾ ਹੁਣ ਕਿ ਉਹਨਾਂ ਨੂੰ ਜ਼ਖੀਰੇਬਾਦ ਬਾਜ਼ਾਰ ਨੂੰ ਅਥੋਰਾਈਜ਼ ਕਰਤਾ ਕਿ ਪੈਸੇ ਦਿਓ ਤੇ ਪੁਲਿਸੀ ਮੱਦ ਲਾਓ ਤੇ ਲੋਕਾਂ ਦੇ ਘਰਾਂ ਜਿੱਥੇ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਵਕੀਲ ਨਹੀਂ ਸੋ ਇਸ ਕਰਕੇ ਜਿਹੜਾ ਸਾਰਾ ਨਿظام ਜਿੱਧਰ ਨੂੰ ਜਾ ਰਿਹਾ ਇਹ ਬੜਾ ਇੱਕ ਘਾਤ ਕਿਸਮ ਦਾ ਆ ਟ੍ਰੈਂਡ ਹੈ ਜਿਸ ਬਾਰੇ ਬਹੁਤ ਵਿਜੀਲੈਂਟ ਸੁਚੇਤ ਪੱਧਰ ਦੇ ਉੱਤੇ ਹਕੂਮਤ ਨੂੰ ਵੀ ਗਵਰਨੈਂਸ ਦੇਣ ਵਾਲੇ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਸਦਾ ਰੁੱਤਾਂ ਇੱਕੋ ਜਿਹੇ ਘਸਾਨੇ ਰਹਿੰਦੀਆਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਸ ਕਰਕੇ ਜਿਹੜਾ ਸੂਰਜ ਅੱਜ ਸਵੇਰੇ ਚੜ੍ਹਦਾ ਨਾ ਤੇ ਉਹਨੇ ਸ਼ਾਮ ਨੂੰ ਡੁੱਬਣਾ ਵੀ ਹੁੰਦਾ ਹੈ ਅਰੇ ਅਜ ਤੱਕ ਕੋਈ ਇਹ ਨਹੀਂ ਵਖਿਆ ਸੂਰਜ ਧਰਤੀ ਤੇ ਕਿਸੇ ਨੇ ਕਿ ਇਕ ਤਾਂ ਦੇ ਚੜਿਆ ਉੱਥੇ ਉੱਥੇ ਤਾਂ ਉੱਥੇ ਖੜਾ ਤੇ ਰੋਸ਼ਨੀ ਵੰਡੀ ਤੁਰਿਆ ਜਾ ਰਹੀ ਨਹੀਂ ਰਹਾ ਹੁੰਦਾ ਹੀ ਨਹੀਂ ਜੀ ਹਰ ਰਾਤ ਦੀ ਸਵੇਰ ਹੁੰਦੀ ਤੇ ਹਰ ਸਵੇਰ ਦੀ ਰਾਤ ਹੁੰਦੀ ਹੈ ਇਸ ਕਰਕੇ ਉਸ ਗੱਲ ਨੂੰ ਉਸ ਕੁਦਰਤੀ ਨਿਜ਼ਾਮ ਨੂੰ ਸਮਝਣਾ ਚਾਹੀਦਾ ਸਾਡੇ ਵਾਸਤੇ ਆਓ ਕਿ ਅਸੀਂ ਉਸ ਰਾ ਨਾ ਤੁਰੀਏ ਜਿਹੜਾ ਰਾ ਕੁੱਲ ਮਿਲਾ ਕੇ ਕੱਲ ਨੂੰ ਸਾਨੂੰ ਇਸਵਾਲਾਂ ਦੇ ਕਿਟਾਰੇ ਵਿੱਚ ਖੜਾ ਕਰ ਸਕਦਾ ਜੀ ਜੀ ਸਰ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਐਕਸਪ੍ਰੈਸ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਐਕਸਪ੍ਰੈਸ ਵੇ ਦਾ ਵੀ ਵਿਰੋਧ ਹੋਇਆ ਹੈ ਜਮ ਕੇ ਇਸ ਚੀਜ਼ ਦਾ ਵਿਰੋਧ ਹੋ ਰਿਹਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਅਸਲ ਚ ਸੁਵਲਿੰਨ ਪੁੱਤਰ ਜਿਹੜਾ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਵਿਕਾਸ ਮਾਡਲ ਹੈ ਨਾ ਜੀ ਉਹ ਹੈ ਇਨਟੀਪੀਪਲ ਹੈ ਉਹ ਲੋਕ ਵਿਰੋਧੀ ਹੈ 100% ਲੋਕ ਵਿਰੋਧੀ ਹੈ ਉਹ ਉਹ 5% ਦੇ ਵਾਸਤੇ ਵਿਕਾਸ ਕਰਦਾ ਆ ਫਲਾਈਵਰ ਲੈ ਲਓ ਤੁਸੀਂ ਪੂਰੇ ਦੇ ਪੂਰੇ ਬੈਰ ਫਲਾਈਓਵਰਜ਼ ਬਾਰੇ ਉਹਦੋਂ ਵੀ ਪਿੱਟਦਾ ਸੀ ਇਸ ਗੱਲ ਬਾਰੇ ਬਾਰ-ਬਾਰ ਕਹਿੰਦਾ ਸੀ ਕਿ ਤੁਸੀਂ ਫਲਾਈਓਵਰ ਜਿਹੜੇ ਬਣਾ ਰਹੇ ਹੋ ਉਹ ਬਣਾ ਰਹੇ ਹੋ 5% ਦੀ ਲੋਕਾਂ ਵਾਸਤੇ ਜਿਨ੍ਹਾਂ ਕੋਲ ਮਹਿੰਗੀਆਂ ਕਾਰਾਂ ਨੇ ਜਿਹੜੀ ਜਿਹੜੀ ਜਨਾਨੀ ਸਾਹਨੇ ਵਾਲ ਵਿਆਹੀ ਹੋਈ ਹੈ ਮਜਾਰੇ ਪਰਲੇ ਬਨੇ ਉਹਦੇ ਨਾਲ ਪਕੇ ਨੇ ਸੜਕੋਂ ਪਾਰ ਉਹ ਪੈਂਡਾ ਸਾਰਾ 2 ਕਿਲੋਮੀਟਰ ਦਾ ਜਦੋਂ ਤੁਸੀਂ ਬਣਾਤਾ ਫਲਾਈਓਵਰਜ਼ ਬਣਾਤੇ ਸੜਕਾਂ ਉੱਚੀਆਂ ਕਰ ਦਿੱਤੀਆਂ ਵਿਚਕਾਰ ਬਲਵਡ ਬਾਰਾਂ ਲਾ ਤਾਰਾਂ ਲਾ ਦਿੱਤੀਆਂ ਤੇ ਜਿਹੜਾ ਲੰਘਾ ਸਾਹਨੇਵਾਲ ਤੋਂ ਜਾ ਕੇ ਅੱਗੋਂ ਜਾ ਕੇ ਦੁਰਾਹੇ ਤੋਂ ਮੁੜ ਕੇ ਆਉਣਾ ਪੈਂਦਾ ਉਹਨੂੰ ਬੀਬੀ ਨੂੰ ਜੀ 9 ਕਿਲੋਮੀਟਰ ਤੁਰ ਕੇ ਜਾਏਗੀ ਫਿਰ ਲੰਘੇ ਸਾਹਨੇ ਨਿਕਲ ਕੇ ਫਿਰ ਵਾਪਸ ਆਏਗੀ ਤੇ ਫਿਰ ਆਪਣੀ ਪੇਕੀ ਜਾਏਗੀ ਅੱਗੇ ਝੋਲੇ 'ਚ ਲੀੜੇ ਪਾਉਂਦੀ ਸੀ ਚੁੰਨੀ ਇੱਕ ਅੱਧੀ ਜੁੱਤੀ ਪੈਰੀ ਪਾਉਂਦੀ ਸੀ ਤੇ ਜਾ ਕੇ ਪੇਕੀ ਮਿਲ ਕੇ ਦੁਪਹਿਰ ਦੀ ਰੋਟੀ ਫੇਰ ਆ ਕੇ ਨਿਆਣੀ ਬਣਾ ਦਿੰਦੀ ਸੀ ਹੁਣ ਉਸ ਬੀਬੀ ਵਾਸਤੇ ਤੁਸੀਂ ਪੇਕੇ ਦੂਰ ਕਰਦੇ ਹੋ ਤੇ ਕਿੰਨੇ 9 ਤੇ 9 18 ਤੇ 2 20 20 ਕਿਲੋਮੀਟਰ ਕਰਤੇ ਉਹਦੇ ਉਹਨੇ ਤੁਹਾਡੇ ਵਿਕਾਸ ਨੂੰ ਛੱਟਣਾ ਸਿੱਧੀ ਹੁਲੰਗ ਨਹੀਂ ਸਕਦੀ ਤੁਸੀਂ ਉਹਦੇ ਸਰੀਆ ਐਂਗਲ ਆਏ ਹੋਏ ਰਸਤੇ ਦੇ ਵਿੱਚ ਹੁਣ ਇਹ ਜਿਹੜਾ ਵਿਕਾਸ ਦਾ ਮਾਡਲ ਆ ਇਹ ਪਰਦੇਸਾਂ ਦੇ ਵਿੱਚ ਵੀ ਇਸ ਕਿਸਮ ਦਾ ਮਾਡਲ ਨਹੀਂ ਹੈਗਾ ਉੱਥੇ ਵੀ ਜਦੋਂ ਕੋਈ ਤੁਸੀਂ ਵਿਕਾਸ ਦਾ ਕੋਈ ਕਾਰਜ ਪ੍ਰੋਜੈਕਟ ਨੰਬਰ ਬਣਾਉਂਦਾ ਤਾਂ ਉਹਦੇ ਵਿੱਚ ਸੋਸ਼ੀਓਲੋਜਿਸਟ ਸਾਈਕੋਲੋਜਿਸਟ ਇਥੋਂ ਤੱਕ ਕਿ ਬਾਇਓ ਬਾਇਓ ਟੈਕਨੋਲੋਜੀ ਵਾਲੇ ਮਾਹਿਰ ਵੀ ਉਹਦੇ ਸ਼ਾਮਿਲ ਕੀਤੇ ਜਾਂਦੇ ਨੇ ਕਿ ਤੁਸੀਂ ਆਪਣੀ ਪੀਨਨ ਦਿਓ ਕਿ ਇਸ ਵਿਕਾਸ ਦਾ ਰੂਟ ਬਣਾਉਣ ਨਾਲ ਬੋਟੈਨੀਕਲ ਸਾਡੀ ਜਿਹੜੀ ਹੈਗੀ ਹੈ ਖਾਸ ਕਰਕੇ ਬਨਸਪਤ ਜਿਹੜੀ ਹੈਗੀ ਸਾਡੀ ਸੰਪਤੀ ਉਹਦਾ ਕਿੰਨਾ ਨੁਕਸਾਨ ਹੁੰਦਾ ਹੈ ਜੀ ਸਾਡਾ ਸੋਸ਼ਲ ਫੈਬਰਿਕ ਤੇ ਕੀ ਅਸਰ ਪਏਗਾ ਸਮਾਜਿਕ ਤਾਣੇ ਬਾਣੇ ਤੇ ਕੀ ਮਾੜਾ ਅਸਰ ਪਏਗਾ ਲੋਕਾਂ ਦੀ ਮਾਨਸਿਕਤਾ ਤੇ ਕੀ ਮਾੜਾ ਅਸਰ ਪਏਗਾ ਇਹ ਸਾਰੇ ਐਨਾਲਿਸਿਸ ਕਰਵਾ ਕੇ ਉਹ ਤੋਂ ਬਾਅਦ ਚ ਅਗਲੇ ਵਿਕਾਸ ਦਾ ਮਾਡਲ ਫਾਈਨਲ ਕਰਦੇ ਨੇ ਸਾਡੇ ਇਥੇ ਕੀ ਹੁੰਦਾ ਸਾਡੇ ਫਿਰੋਜ਼ਪੁਰ ਰੋਡ ਚੌੜੀ ਕੀਤੀ ਲੁਧਿਆਣਾ ਤੋਂ ਜਿਹੜੀ ਜਾਂਦੀ ਹੈ ਫਿਰੋਜ਼ਪੁਰ ਨੂੰ ਜੀ ਜਿਹੜੀਆਂ ਟਾਲੀਆਂ 50-50 ਸਾਲ ਪੁਰਾਣੀਆਂ ਲੱਗੀਆਂ ਸੀ 100-100 ਸਾਲ ਪੁਰਾਣੀਆਂ ਸੀ ਟਾਲੀਆਂ ਪਟਵਾਉਂਦੀਆਂ ਜੰਗਲਾਤ ਨੇ ਪ੍ਰਵਾਨਗੀ ਦੇ ਦਿੱਤੀ ਹੁਣ ਜੰਗਲਾਤ ਦਾ ਰੂਲ ਇਹ ਆ ਕਿ ਜਿੰਨੇ ਬੂਟੇ ਪੁੱਟੋ ਉਹਦੋਂ 10 ਗੁਣਾ ਪੁੱਟੇ ਲਵਾਉਣੇ ਪੈਂਦੇ ਨੇ ਪਾਸੇ ਜਗ੍ਹਾ ਹੈ ਨਹੀਂ ਬੂਟੇ ਕਿੱਥੇ ਲਵਾਏ ਓ ਜਾ ਕੇ ਪਠਾਨਕੋਟ ਤੋਂ ਗਾਂ ਧਾਰ ਬਲਾਕ ਦੇ ਵਿੱਚ ਓ ਯਾਰ ਰਕਬਾ ਪੂਰਾ ਕਰਨਾ ਕਿ ਲੋਕਾਂ ਨੂੰ ਮੜ ਮੜੇ ਸਾਹ ਲੈਣ ਜੋਗੀ ਥਾਂ ਵੀ ਦੇਣੀ ਹੈ ਹੁਣ ਲੁਧਿਆਣੇ ਦੇ ਬੂਟਿਆਂ ਦਾ ਧਾਰ ਬਲਾਕ ਚ ਲਾਉਣ ਦਾ ਕੀ ਆਸਰਾ ਦੱਸੋ ਮੈਨੂੰ ਜਦੋਂ ਗਿਣਤੀ ਤੁਸੀਂ ਪੂਰੀ ਕਰ ਲਈ ਨਗ ਪੂਰੇ ਕਰ ਲਏ ਲੋਕਾਂ ਨੂੰ ਨਗਾਂ ਦੀ ਲੋੜ ਦੀ ਲੋਕਾਂ ਨੂੰ ਸਹੂਲਤਾਂ ਦੀ ਲੋੜ ਆ ਹੁਣ ਜਦੋਂ ਐਕਸਪ੍ਰੈਸ ਵੇ ਇਹਨਾਂ ਨੇ ਪਲਾਨ ਕੀਤਾ ਖਾਸ ਕਰਕੇ ਦਿੱਲੀ ਤੋਂ ਅੰਮ੍ਰਿਤਸਰ ਕਟੜਾ ਤੇ ਜਾਮਨਗਰ ਬਠਿੰਡਾ ਐਕਸਪ੍ਰੈਸ ਹਾਈਵੇ ਬਣਾਇਆ ਇਹ ਪਹਿਲੀ ਨਜ਼ਰੇ ਬੜਾ ਚੰਗਾ ਲੱਗਦਾ ਕਿ ਹੂੰ ਕਰਦੀਆਂ ਗੱਡੀਆਂ ਜਿਹੜੀਆਂ ਠਾ ਠਾ ਕਰਦੀਆਂ ਸਿੱਧ ਸਿੱਧੀਆਂ ਬਠਿੰਡਿਓਂ ਜੀ ਜਾਮਨਗਰ ਪੈਂਡਾ ਜਿਹੜਾ ਹੈਗਾ ਉਹ 7 ਘੰਟੇ ਦਾ ਹੋ ਜਾਏਗਾ ਬਠਿੰਡੇੋਂ ਅੰਬਰਸਰ 3 ਘੰਟਿਆਂ ਦਾ ਹੋ ਜਾਏਗਾ ਬੜੀ ਚੰਗੀ ਗੱਲ ਹੈ ਦਿੱਲੀ ਲੁਧਿਆਣੇੋਂ ਸਾਢੇ 3 ਘੰਟੇ ਚ ਪਹੁੰਚਿਆ ਕਰਾਂਗੇ ਉਹ ਭਾਈ ਦਿੱਲੀ ਤੋਂ ਲੁਧਿਆਣੇ ਪਹੁੰਚਣ ਵਾਲੇ ਬੰਦੇ ਕਿੰਨੇ ਨੇ ਜੀ ਜਿਹੜੇ ਸਾਢੇ 3 ਘੰਟੇ ਚ ਆਉਣਾ ਚਾਹੁੰਦੇ ਸਾਰੀਆਂ ਕਿੰਨਿਆਂ ਕੋਲ ਨੇ ਉਹ ਉਸ ਕਿਸਮ ਦੀਆਂ ਤੇ ਜਿਹੜੀ ਤੁਸੀਂ ਪਬਲਿਕ ਟਰਾਂਸਪੋਰਟ ਜਿਹੜੀ ਬਿਲਕੁਲ ਖਾ ਹੀ ਗਏ ਪ੍ਰਾਈਵੇਟ ਟਰਾਂਸਪੋਰਟ ਦੇ ਵਿੱਚ ਉਹ 28-2900 ਰੁਪਏ ਟਿਕਟ ਕੌਣ ਖਰਚੇਗਾ ਤੁਹਾਡੀਆਂ ਬਾਲਵਲ ਚੜਨ ਵਾਸਤੇ ਇਹ ਸਾਰਾ ਜਿਹੜਾ ਵਿਕਾਸ ਦਾ ਤਾਣਾ ਬਾਣਾ ਕਾਮਰਮੈਨ ਨੂੰ ਖੱਜਲ ਕਰਨ ਦਾ ਤਾਣਾ ਬਾਣਾ ਆ ਸ਼ਹਿਰਾਂ ਦੇ ਵਿੱਚ ਤੁਸੀਂ ਸੜਕਾਂ ਚੌੜੀਆਂ ਕਰਦੇ ਹੋ ਤੁਹਾਡਾ ਤੁਹਾਡਾ ਰੱਬ भला ਕਰੇ ਫੁੱਟਪਾਥ ਨਹੀਂ ਬਚਦਾ ਜੇ ਫੁੱਟਪਾਥ ਹੈਗਾ ਤੇ ਉਹਦੇ ਉੱਤੇ ਇਨਕੋਚਮੈਂਟ ਆ ਕਿਸੇ ਨਾ ਕਿਸੇ ਲਲਾਰੀ ਦੀ ਕਿਸੇ ਨਾ ਕਿਸੇ ਮੋਚੀ ਦੀ ਕਿਸੇ ਨਾ ਕਿਸੇ ਜੰਦਰੇ ਨੂੰ ਚਾਬੀਆਂ ਲਾਉਣ ਵਾਲੇ ਦੀ ਕਿਤੇ ਕਿਸੇ ਨਿੱਕੇ ਮੋٹے ਚਾਹ ਦੇ ਖੋਖੇ ਵਾਲੇ ਦੀ ਅੱਛਾ ਗਰੀਬੇ ਹੁਣ ਜਾਣ ਵੀ ਕਿੱਥੇ ਤੁਸੀਂ ਉਹਨਾਂ ਜਗ੍ਹਾ ਹੀ ਨਹੀਂ ਛੱਡੀ ਉਹਨਾਂ ਵਾਸਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਐਕਸਪ੍ਰੈਸ ਵੇਅ ਨਾ ਪਲਾਨ ਕੀਤਾ ਆ ਉਹਦੇ ਵਾਸਤੇ ਅੱਜ ਇੱਕ ਮੀਟਿੰਗ ਹੋਈ ਉਥੇ ਸੁਲਤਾਨਪੁਰ ਲੋਧੀ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢਿੱਲੋਂ ਉਹਦੇ ਕੰਵਿਨਰ ਬਣੇ ਨੇ ਨਾਲ ਪੱਬਦਾਲ ਸਿੰਘ ਨੇ ਸੈਦਪੁਰ ਤੋਂ ਉਹਨਾਂ ਸੰਗਰਸ਼ ਕਮੇਟੀ ਬਣਾਈ ਇੱਕ ਉਹ ਕਹਿੰਦੇ ਅਸੀਂ ਆਪਣੇ ਜ਼ਿਲ੍ਹਾ ਕਪੂਰਥਲਾ ਦੇ ਵਿੱਚੋਂ ਜਿਹੜਾ ਇਹ ਲੰਘਣਾ ਖਾਸ ਕਰਕੇ ਸੁਲਤਾਨਪੁਰ ਲੋਧੀ ਕਪੂਰਥਲਾ ਤੇ ਪੁਲਾਤ ਤੋਂ ਲੰਘਣਾ ਜਿਹੜਾ ਐਕਸਪ੍ਰੈਸ ਹਾਈਵੇ ਅਸੀਂ ਉਹਨਾਂ ਚਿਰ ਨਹੀਂ ਬਣ ਦੇਣਾ ਅਸੀਂ ਜ਼ਮੀਨਾਂ ਕੋਈਰ ਨਹੀਂ ਕਰਨ ਦੇਣੀਆਂ ਜਿੰਨਾ ਚਿਰ ਸਾਡੇ ਕਲੌਫ ਗਵਰਨਮੈਂਟ ਆਫ ਇੰਡੀਆ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਬਿੱਲ ਰੱਦ ਨਹੀਂ ਹੁੰਦੇ ਬਿਜਲੀ ਬਿੱਲ ਰੱਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਪਰਿਵਾਰਕੀ ਨਹੀਂ ਦੇ ਸਕਦੇ। ਬਾਕੀ ਜਿਹੜਾ ਇੱਕ ਸਾਡਾ ਇਸ ਗੱਲ ਨਾਲ ਵੀ ਵਿਰੋਧ ਹੈ ਕਿ ਸਾਨੂੰ ਜਿਹੜੀ ਕੀਮਤਾਂ ਦਿੱਤੀਆਂ ਜਾ ਰਹੀਆਂ ਨੇ ਉਹ ਜਿਹੜਾ ਡੀਸੀ ਰੇਟ ਆ ਉਹ ਪਹਿਲਾਂ ਇਹਨਾਂ ਥੋੜਾ ਦੇ ਉਹਦੇ 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 ਅੰਦਾਜ਼ੇ ਉਹਦੇ ਅੰਦਾਜ਼ੇ ਅਧਾਰ 'ਤੇ ਦਿੱਤੀਆਂ ਜਾ ਰਹੀਆਂ ਨੇ ਉਹ ਕੀਮਤ ਬੜੀ ਥੋੜੀ ਬਣਦੀ ਜਾਂ ਕਿ ਮਾਰਕੀਟ ਰੇਟ ਉਹਦਾ ਉਹਦੋਂ ਕਈ ਗੁਣਾ ਵੱਧ ਆ। ਸੋ ਉੱਥੇ ਵੀ ਸਾਡੀ ਡਬਲ ਲੁੱਟ ਹੋਣ ਦੀਆਂ ਪੌਸਿਬਿਲਿਟੀਆਂ ਨੇ ਪਰ ਅਸੀਂ ਉਹਨਾਂ ਚਿਰ ਪ੍ਰਵਾਨਗੀ ਨਹੀਂ ਦੇਣੀ ਜਿੰਨਾ ਚਿਰ ਅ ਇਹ ਤਿੰਨੇ ਬਿੱਲ ਗਵਰਨਮੈਂਟ ਆਫ ਇੰਡੀਆ ਰਿਜੈਕਟ ਨਹੀਂ ਕਰਦੀ ਸੋ ਉਹਨਾਂ ਨੇ ਅੱਜ ਪ੍ਰੋਟੈਸਟ ਵੀ ਕੀਤਾ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਵੀ ਔਰ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਦੇ ਖਿਲਾਫ ਵੀ ਔਰ ਭਾਵੇਂ ਆਲਟੀਮੇਟਲੀ ਲੰਮੀ ਗੱਲ ਹੈ ਪਰ ਵਿਰੋਧ ਚ ਲੋਕਾਂ ਦਾ ਖੜੇ ਹੋਣਾ ਆਪਣੇ ਆਪ ਵਿੱਚ ਬੜੇ ਲੰਮੇ ਸਵਾਲ ਖੜੇ ਕਰ ਗਿਆ ਜੀ ਜੀ ਸਰ ਮੇਰਾ ਆਖੀਰਲਾ ਸਵਾਲ ਹੈ ਕਿ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨ ਕਹਿੰਦੇ ਨੇ ਕਿ ਨਵਾਂ ਸਾਲ ਵੀ ਇੱਥੇ ਮਨਾਵਾਂਗੇ ਲੋਹੜੀ ਵੀ ਇੱਥੇ ਮਨਾਵਾਂਗੇ ਤੇ ਮਾਗੀ ਵੀ ਇੱਥੇ ਮਨਾਵਾਂਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਬੇਟੇ ਉਹ ਤਾਂ ਬੜਾ ਸਪਸ਼ਟ ਕਹਿੰਦੇ ਨੇ ਕਿ ਅਸੀਂ ਛਮਈਂ ਦਾ ਸਮਾਨ ਲੈ ਕੇ ਆਏ ਹੋਏ ਆ ਤੇ ਉਹਦੇ ਚੋਂ ਅਸੀਂ ਸਮਝ ਲਓ ਲਾਪਾਟਾ ਵੀ ਨਹੀਂ ਗੁੰਨੇ ਆ ਜੀ ਜੀ ਜਿਹੜਾ ਲੈ ਕੇ ਆਏ ਸਾਂ ਉਹ ਇੱਕ ਇੱਕ ਲਾਪਾਟਾ ਵੀ ਨਹੀਂ ਗੁੰਨੇ ਆ ਜੀ ਅਸੀਂ ਇੱਕ ਲੱਪ ਭਰ ਕੇ ਵੀ ਨਹੀਂ ਆਟਾ ਗੁੰਨ ਕੇ ਵੇਖਿਆ ਜਿਹੜੇ ਲੱਗੇ ਹੋਏ ਲੰਗਰ ਨੇ ਜਿਹੜੇ ਉੱਥੇ ਵਰਤਾਵੇ ਨੇ ਜਿਹੜੇ ਉੱਥੇ ਵਕ ਵਕ ਸਮਾਜ ਸੇਵੀ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਗੁਰਦਵਾਰਾ ਕਮੇਟੀ ਹੈ ਖਾਲਸਾ ਐਡ ਵਾਲੇ ਨੇ ਯੂਨਾਈਟਿਡ ਸਿੱਖਸ ਵਾਲੇ ਨੇ ਜਾਂ ਹਰਿਆਣੇ ਦੀਆਂ ਮਾਵਾਂ ਧੀਆਂ ਭੈਣਾਂ ਨੇ ਜਿਹੜੀਆਂ ਰੋਟੀ ਪਕਾ ਪਕਾ ਸਾਨੂੰ ਖਵਾਈਤਰੀਆਂ ਜਾਂਦੀਆਂ ਜਿੱਥੇ ਉਹਦੇ ਨਾਲ ਗੁਜ਼ਾਰਾ ਕਰ ਰਹੇ ਆ ਅਸੀਂ ਜੀ ਸੋ ਜੇ ਤਾਂ ਸਾਡਾ ਸਿੱਧਕ ਪਰਖਣਾ ਤਾਂ ਸਿੱਧਕ ਦਾ ਇਮਤਿਹਾਨ ਅਸੀਂ ਨਵਾਂ ਸਾਲ ਵੀ ਇੱਥੇ ਮਨਾ ਕੇ ਦੇਦੇ ਆ ਉਦੋਂ ਬਾਅਦ ਵਿੱਚ ਕਾਹ ਜਾਨੀ ਕਹਿੰਦੇ ਲੋਹੜੀ ਲੋਹੜੀ ਵੀ ਇੱਥੇ ਮਨਾਵਾਂਗੇ ਫੇਰ ਜਣੀ ਮਗੀ ਮੱਗੀ ਤੇ ਮੱਗੀ ਵੀ ਇੱਥੇ ਬਣਾਵਾਂਗੇ ਆ ਪਿਛਲੇ ਦਿਨ ਹੀ ਖਬਰ ਬੇਟੇ ਇਹ ਵੀ ਆਈ ਸੀ ਵੀ ਕਿਸੇ ਦਾ ਵਿਆਹ ਧਰਿਆ ਸੀ ਜੀ ਤੇ ਉਹ ਕੁੜੀ ਵਾਲੇ ਕਾਲੀ ਪਾਉਣ ਵੀ ਆ ਕੇ ਮੁੜਿਆ ਵਿਆਹ ਕਰਾ ਲੈ ਤਰੀਕ ਨੇੜੇ ਆ ਗਈ ਉਹ ਕਹਿੰਦਾ ਮੈਂ ਤਾਂ ਨਹੀਂ ਮੋਰਚੇ ਤੋਂ ਆਉਂਦਾ ਤੁਸੀਂ ਆਪਣੀ ਕੁੜੀ ਲੈ ਕੇ ਇੱਥੇ ਆਜੋ ਕਿਸੇ ਨੇੜੇ ਦੇ ਗੁਰਦਵਾਰੇ ਜਾ ਕੇ ਮਲਾਮਾ ਕਰ ਲੈਣਿਆ ਜੀ ਉਹ ਸਿੰਘੂ ਬਾਰਡਰ ਤੇ ਹੀ ਉਹਦਾ ਕਿਸੇ ਨਾਲ ਨੇੜੇ ਦੇ ਪਿੰਡ ਜਾ ਕੇ ਉਹਨਾਂ ਨੇ ਵਿਆਹ ਕਰ ਲਿਆ ਤੇ ਉਹ ਕੁੜੀ ਵੀ ਕਹਿੰਦੀ ਹੁਣ ਮੈਂ ਤੇ ਵਾਪਸ ਨਹੀਂ ਜਾਂਦੀ ਮੈਂ ਤਾਂ ਹੁਣ ਜਿੰਨਾ ਚਿਰ ਮੇਰਾ ਪਰੌਣਾ ਇੱਥੇ ਬੈਠਾ ਬੈਠੇ ਉਹਨਾਂ ਜਰ ਮਮੀ ਦੇ ਥੇ ਰਵਾਂਗੀ ਉਹ ਚੂੜਾ ਬਾ ਕੇ ਉੱਥੇ ਬੈਠੀ ਐ ਸੋ ਜਦੋਂ ਤੁਹਾਡੇ ਖੂਨ ਚ ਰਚ ਜਾਂਦਾ ਖਾਸ ਕਰਕੇ ਆਪਣਾ ਜਿਹੜਾ ਧਰਤੀ ਦਾ ਦਰਦ ਹੈ ਉਦੋਂ ਇਸ ਕਿਸਮ ਦੀਆਂ ਕਲਚਰਲ ਜਿਹੜੀਆਂ ਸਾਡੀਆਂ ਪਰੇਸ਼ਾਨਾਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਕਿਹੜੇ ਲੋਕ ਨੇ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਜਿਨ੍ਹਾਂ ਦੇ ਨਾਲ ਅਸੀਂ ਟਕਰਾਅ ਦੀ ਸਥਿਤੀ 'ਚ ਖੜੇ ਆਂ ਜਦਕਿ ਹਰ ਪੰਜਾਬੀ ਜਿਸ ਇਤਕਦੀਲੀ ਨਾਲ ਉਸ ਮੋਰਚੇ ਸ਼ਾਮਲ ਹੋਇਆ ਹੋਇਆ ਜਿਸ ਮੁਹੱਬਤ ਨਾਲ ਬਾਰ-ਬਾਰ ਉੱਥੇ ਜ਼ਿਆਰਤ ਕਰਨ ਜਾ ਰਿਹਾ ਹੈ ਜਿਸ ਕਿਸਮ ਦੀ ਸ਼ਰਧਾ ਦੇ ਨਾਲ ਲੋਕਾਂ ਦੇ ਘਰਾਂ ਦੇ ਵੀ ਤਿਆਰੀਆਂ ਹੋ ਰਹੀਆਂ ਨੇ ਮੈਨੂੰ ਸਵੇਰੇ ਅੱਜ ਦੱਸਿਆ ਕਿ ਸਾਡੇ ਇੱਕ ਦੋਸਤ ਨੇ ਇੱਥੇ ਸੁਧਾਰ ਤੋਂ ਇਕਬਾਲ ਸਿੰਘ ਗਿੱਲ ਬੜੇ ਵੱਡੇ ਅਧਿਕਾਰੀ ਡਟੇ ਹੋਏ ਨੇ ਉਹ ਹਰ ਰੋਜ਼ ਪਤਾ ਨਹੀਂ ਕਿੰਨੇ ਕੁਇੰਟਲ ਪਜੀਰੀ ਬਣਾ ਬਣਾ ਕੇ ਤੇ ਹਰ ਰੋਜ਼ ਭਜਵਾ ਰਹੇ ਨੇ ਟਰੱਕਾਂ ਦੇ ਟਰੱਕ ਉੱਥੇ ਜੀ ਉਹਨਾਂ ਨੂੰ ਜਿਹੜੀ ਪਤਾ ਖਾਣ ਵਾਲਾ ਕੌਣ ਐ ਕਿਹੜੇ ਧਰਮ ਦਾ ਕਿਹੜੀ ਜਾਤ ਦਾ ਕਿਹੜੀ ਗੋਤ ਦਾ ਪਿੰਨੀਆਂ ਬਣਾਉਣਾ ਭੇਜ ਰਹੇ ਨੇ ਇੱਕ ਇੱਥੋਂ ਦਾ ਲੋਕਲ ਹੌਦਰੀ ਉਦਯੋਗ ਦਾ ਬੜਾ ਵੱਡਾ ਜ਼ਿੰਮੇਵਾਰ ਹੈ ਮਾਲਕ ਉਹ ਕਹਿੰਦਾ ਜੀ ਕਿ ਮੈਂ ਜਿਹੜਾ ਸਟਾਕ ਲੁਧਿਆਣਾ ਮਾਰਕੀਟ 'ਚ ਵੇਚਣਾ ਸੀ ਉਹ ਸਾਰਾ ਸਟਾਕ ਮੇਰਾ ਕੁੱਲ ਤਿੰਨ ਪਰਿਵਾਰ ਖਰੀਦ ਕੇ ਲੈ ਗਏ ਨੇ ਜਿਹੜਾ ਸਾਰਿਆਂ ਨੇ ਉੱਥੇ ਸਿੰਘੂ ਬਾਰਡਰ ਤੇ ਤੇ ਟ੍ਰਿੱਕੀ ਬਾਰਡਰ ਟਿਕਰੀ ਬਾਰਡਰ ਦੇ ਵੰਡਿਆ ਜਾ ਕੇ ਔਰ ਜਿਹੜੇ ਬੈਸਟ ਕੁਆਲਿਟੀ ਬੂਟ ਨੇ ਜਿਹੜੇ ਖਾਸ ਕਰਕੇ ਉਹ ਐਨਆਰਏਜ਼ ਨੇ ਉਥੋਂ ਆਨਲਾਈਨ ਆਰਡਰ ਕਰਕੇ ਇਥੋਂ ਕੰਪਨੀਆਂ ਤੋਂ ਸੈਂਕੜੇ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਦੇ ਇਕੱਠੇ ਬੁੱਕ ਕਰਕੇ ਦੇ ਗਾਂ ਦੇ ਗਾਂ ਡਿਸਟ੍ਰੀਬਿਊਟ ਕਰ ਦਿੰਦੇ ਨੇ ਮੈਂ ਇਹ ਗੱਲ ਪਹਿਲਾਂ ਵੀ ਕਰ ਚੁੱਕਿਆ ਕਿ ਸਾਡੇ ਕੁਝ ਜਿਹੜੇ ਵਕਫ ਪਰਿਵਾਰ ਨੇ ਉਹ ਦੱਸਦੇ ਨੇ ਕਿ ਉਹ ਪਕਵਾਨ ਜ਼ਿੰਦਗੀ 'ਚ ਜਿਹੜੇ ਸੁਣੇ ਹੋਏ ਸੀ ਪਰ ਖਾਧੇ ਕਦੇ ਨਹੀਂ ਸੀ ਉੱਥੇ ਉਹ ਵਕਫ ਵਕਫ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਬਣਾ ਬਣਾ ਕੇ ਈਵਨ ਮੁਸਲਿਮ ਭਾਈਚਾਰਾ ਜਿਹੜਾ ਹੈਗਾ ਉਸ ਕਿਸਮ ਦਾ ਮਿੱਠਾ ਪਲਾ ਬਣਾ ਬਣਾ ਕੇ ਸਾਨੂੰ ਵੰਡਦੇ ਤੇ ਵੇਚ ਵੇਚਤਾ ਨਹੀਂ ਰਿਹਾ ਮਤਲਬ ਵੰਡ ਰਿਹਾ ਜਿਹੜੇ ਅਸੀਂ ਸੋਚਦੇ ਸੀ ਕਿ ਅਸੀਂ ਕਦੇ ਜਿਹੜੇ ਨਾ ਸੁਣੇ ਹੋਏ ਨੇ ਮਿੱਠੇ ਪਲਾਕ ਕਿਹੋ ਜਿਹੇ ਹੁੰਦੇ ਨੇ ਉਹ ਖਾ ਸਕਾਂਗੇ ਜੀ ਇਸ ਕਰਕੇ ਜਿਹੜਾ ਇਹ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਜਿਵੇਂ ਹੁੰਦਾ ਨਾ ਕੋਈ ਤੁਹਾਡੇ ਇਮਿਊਨ ਸਿਸਟਮ ਚ ਚੀਜ਼ ਸ਼ਾਮਿਲ ਹੋ ਜਾਂਦੀ ਹੈ ਇਹ ਜਿਹੜਾ ਵਿਰੋਧ ਆ ਇਹ ਲੋਕਾਂ ਦੇ ਮਨ ਅੰਦਰ ਪੱਕੀ ਜੜ ਫੜ ਗਿਆ ਇਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਨਾਲ ਡਾਇਲੌਗ ਕਰੇ ਇਹ ਪ੍ਰੋਟੈਸਟ ਜਿਹੜਾ ਹੈਗਾ ਕੌਮੀ ਪੱਧਰ ਦੇ ਉੱਤੇ ਫੈਲ ਚੁੱਕਿਆ ਔਰ ਇਸ ਡਾਈਸੈਂਟ ਨੂੰ ਇਸ ਵਿਰੋਧ ਨੂੰ ਡਾਇਰੈਕਟ ਨਾਲ ਹੀ ਨਿਸ਼ਠਾ ਹੋ ਸਕਦਾ ਜੇ ਜਿੰਨੀ ਜਲਦੀ ਨਿਸ਼ਠਾ ਹੋਵੇ ਉਨਾਂ ਹੀ ਚੰਗਾ ਜੀ ਹੁਣ ਸਮਾਂ ਸਾਨੂੰ ਇੱਥੇ ਰੁਕਣ ਦਾ ਇਸ਼ਾਰਾ ਕਰ ਰਿਹਾ ਹੈ ਪ੍ਰੋਫੈਸਰ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਤੇ ਸਾਨੂੰ ਉਮੀਦ ਹੈ ਕਿ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਪ੍ਰੋਫੈਸਰ ਸਾਹਿਬ ਪ੍ਰੋਗਰਾਮ 'ਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਮੈਂ ਤੈਨੂੰ ਆਪਣੇ ਸੁਵਲਿਨ بیٹے ਲਾਸਟ ਵਿੱਚ ਇੱਕ ਹੁਣੇ ਮੈਂ ਜਦੋਂ ਤੁਹਾਡਾ ਨਾਲ ਗੱਲ ਸ਼ੁਰੂ ਕੀਤੀ ਸੀ ਉਦੋਂ ਮੈਨੂੰ ਕਿਸੇ ਨੇ ਵਟਸਐਪ ਤੇ ਭੇਜਿਆ ਇੱਕ ਟੋਟਕਾ ਉਹ ਜਰੂਰ ਸਾਂਝਾ ਕਰਨਾ ਚਾਹਣਾ ਜੀ ਜਰੂਰ ਜੀ ਉਹ ਲਿਖਿਆ ਹੋਇਆ ਬੜਾ ਜਿਵੇਂ ਬ੍ਰੇਕਿੰਗ ਨਿਊਜ਼ ਨਹੀਂ ਤੁਹਾਡੇ ਟੀਵੀ ਵਾਲੇ ਦਿੰਦੇ ਹੁੰਦੇ ਬ੍ਰੇਕਿੰਗ ਨਿਊਜ਼ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਅੱਗੇ ਜੀ ਸੱhle ਲਿਖਿਆ ਜੱਟ ਪਿੱਛੇ ਪਿੱਛੇ ਉਹ ਹੁਣ ਮਤਲਬ ਉਹ ਤਾਂ ਹਾਸਾ ਵੀ ਆਉਂਦਾ ਰੋਣਾ ਵੀ ਆਉਂਦਾ ਜਿਹੜੀ ਹਕੂਮਤ ਕਰਨ ਦੀ ਸੁਪਨਾਕਾਰੀ ਖਾਸ ਕਿਸਮ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਚ ਕਰ ਰਹੀ ਹੈ ਕਿ ਸਾਰੀਆਂ ਸੀਟਾਂ ਸਸੀਂ ਲੜਾਂਗੇ ਜਿੱਤਾਂਗੇ ਸਰਕਾਰ ਬਣਾਵਾਂਗੇ ਉਹਨਾਂ ਨੂੰ ਮੰਜੇ ਤੇ ਨਹੀਂ ਬਹਿਣ ਦਿੰਦਾ ਇਹ ਟਕਰਾਅ ਦੀ ਸਥਿਤੀ ਕਿਉਂ ਆਈ ਸਾਡਾ ਹੀ ਭਾਈਚਾਰਾ ਸਾਡੇ ਭਰਾ ਭਾਈ ਨੇ ਸਾਰੇ ਦੇ ਸਾਰੇ ਇੱਥੋਂ ਦੇ ਸ਼ਹਿਰਾਂ ਚ ਵੀ ਪਿੰਡਾਂ ਚ ਵੀ ਹਰ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਰਿਸਪਾਂਸਿਬਲ ਕਿਸਮ ਦਾ ਇਨਸਾਨ ਕਿਹਾ ਜਾਂਦਾ ਸੀ ਕੇ ਡਿਸਪਲਿਨ ਫੋਰਸ ਹੈ ਇਹ ਸ਼ਾਖਾ ਵਾਲੇ ਜਿਹੜੇ ਲੋਕ ਨੇ ਇਹਨਾਂ ਦੇ ਅੰਦਰ ਇੱਕ ਅੰਤਨਿਂ ਸ਼ਾਸਨ ਹੁੰਦਾ ਹੈ ਬੜੇ ਰਿਸਪੈਕਟਫੁਲ ਹੁੰਦੇ ਨੇ ਪਰ ਜਿਵੇਂ ਹੁਣ ਬਿਹੇਵੀਅਰ ਪਿਛਲੇ ਸਮੇਂ ਦੇ ਵਿੱਚ ਦਿਸਿਆ ਜੀ ਉਹਦੇ ਵਿੱਚ ਮੈਨੂੰ ਲੱਗਿਆ ਕਿ ਸਾਰੀ ਕਰਾਊਡ ਇੱਕੋ ਜਿਹੀ ਐ ਇਸ ਹਮਾਮ ਸਾਰੇ ਨੰਗੇ ਨੇ ਜਿਹੜੀ ਰਾਜ ਸੱਤਾ ਪੈਦਾ ਹੋ ਜਾਂਦੀ ਮਨ ਚ ਲਾਲਸਾ ਪੈਦਾ ਹੋ ਜਾਂਦੀ ਰਾਜ ਕਰਨ ਦੀ ਉਹ ਹਰ ਹਰ ਬਬਰਤ ਦਾ ਚਾਹੇ ਉਹ ਅਕਾਲੀ ਹੋਵੇ ਚਾਹੇ ਕਾਂਗਰਸਟ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦਾ ਹੋਵੇ ਚਾਹੇ ਕਾਂਗਰਸੀ ਹੋਵੇ ਚਾਹੇ ਕਿਸੇ ਰੰਗ ਦਾ ਹੋਵੇ ਜੀ ਸੱਤਾ ਦੀ ਲਾਲਸਾ ਜਿਹੜੀ ਹੈਗੀ ਏ ਉਹ ਆਦਮੀ ਨੂੰ ਅੰਨਾ ਕਰ ਦਿੰਦੀ ਏ ਉਹਨੂੰ ਲੱਗਦਾ ਕਿ ਕੁਰਸੀ ਤੱਕ ਹਾਈ ਕੁਰਸੀ ਤੱਕ ਪਹੁੰਚ ਜਾਵਾਂ ਉਹ ਤੋਂ ਬਾਅਦ ਵੇਖੀ ਜਾਏਗੀ ਕੀ ਬਣਦਾ ਕੀ ਨਹੀਂ ਬਣਦਾ ਪਰ ਲੋਕ ਜਿਹੜੇ ਨੇ ਉਹ ਕਿਹਨੂੰ ਰਾਜ ਭਗਤ ਦੇਣਾ ਕਿਹਦੀ ਤਖਤ ਨਿਸ਼ੀਨੀ ਤੇ ਖੁਸ਼ ਹੋਣਾ ਤੇ ਕਿਤੇ ਮੁਕਤ ਨੂੰ ਹੱਥ ਪਾਉਣਾ ਇਹ ਲੋਕਾਂ ਨੇ ਬੜਾ ਲੁਕਾ ਕੇ ਰੱਖਿਆ ਹੁੰਦਾ ਪੱਤੇ ਬਿਲਕੁਲ ਇੱਕ ਦੇ ਨਾਲ ਲਾ ਕੇ ਰੱਖੇ ਹੁੰਦੇ ਨੇ ਸੋ ਉਸ ਤੋਂ ਉਸ ਕਹਿਰ ਤੋਂ ਹਰ ਸਿਆਸਤਦਾਨ ਨੂੰ ਹਰ ਰੰਗ ਦੇ ਸਿਆਸਤਦਾਨ ਨੂੰ ਸਬਕ ਸਿੱਖਣਾ ਚਾਹੀਦਾ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਤੁਸੀਂ ਪ੍ਰੋਗਰਾਮ 'ਚ ਸਾਡੇ ਨਾਲ ਜੁੜੇ ਆ ਤੇ ਆਪਣੇ ਅਨਮੋਲ ਵਿਚਾਰ ਜਿਹੜੇ ਨੇ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਬੱਚੇ ਬਹੁਤ ਮਿਹਰਬਾਨੀ ਥੈਂਕ ਯੂ ਮੈਨੂੰ ਸੁਵਲੀਨ ਕੌਰ ਜਸਰ ਨੂੰ ਵੀ ਦਿਓ ਇਜਾਜ਼ਤ